ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਮਰਜੋਤ ਸਿੰਘ ਬੋਲ ਰਿਹਾ। ਅੱਜ ਹੈ 19 ਤਰੀਕ ਜੁਲਾਈ ਦੀ, ਅਤੇ ਮੈਂ ਗੱਲ ਕਰ ਰਿਹਾ ਗੁਰਧਿਆਨ ਸਿੰਘ, ਜਿਹੜੇ ਹਾਲ ਹੀ ਵਿੱਚ ਇੰਟਰਵਿਊ ਦੇ ਕਰ ਆਏ ਹੈ ਐਮਬੈਸੀ ਦਾ, ਅਤੇ ਵੀਜ਼ਾ ਇੰਟਰਵਿਊ ਵੀ ਹੋਇਆ ਇਹਨਾਂ ਦਾ, ਅਤੇ ਵੀਜ਼ਾ ਇੰਟਰਵਿਊ ਜਿੱਤ ਕੇ ਵੀ ਆਏ ਹੋਏ ਹੈ। ਆਓ ਪਤਾ ਕਰਦੇ ਹਾਂ ਕੀ ਕੁਛ ਰਹੀ ਇਹਨਾਂ ਦੀ ਸਟ੍ਰੈਟਜੀ, ਕਿਹੜੇ ਕਿਹੜੇ ਸਵਾਲ ਪੁੱਛੇ ਗਏ, ਅਤੇ ਕਿਹੜੇ ਕਾਰਨ ਕਰਕੇ ਇਹਨਾਂ ਨੂੰ ਟ੍ਰੇਨਿੰਗ ਲੈਣੀ ਪਈ। ਗੁਰਧਿਆਨ ਸਿੰਘ, ਥੈਂਕ ਯੂ ਵੈਰੀ ਮੱਚ ਫੋਰ ਕਮਿੰਗ ਜੇ ਆਏ ਨੂੰ ਇਸ ਸ਼ੋਅ 'ਤੇ। ਪਹਿਲਾਂ ਇਹ ਦੱਸੋ ਕਿ ਇਹ ਤੁਹਾਡਾ ਪਹਿਲਾਂ ਇੰਟਰਵਿਊ ਸੀਗਾ ਕਿ ਪਹਿਲਾਂ ਵੀ ਕਦੇ ਇੰਟਰਵਿਊ ਫੇਸ ਕਰ ਚੁੱਕੇ ਹੋ? ਨਹੀਂ ਸਰ, ਇਹ ਮੇਰਾ ਪਹਿਲਾ ਇੰਟਰਵਿਊ ਸੀਗਾ। ਅੱਛਾ, ਇਸ ਤੋਂ ਪਹਿਲਾਂ ਕੈਨੇਡਾ ਦੀ ਐਪਲੀਕੇਸ਼ਨ ਕਾਫੀ ਲੱਗੀ ਹੋਈ ਸੀ, ਇਹ ਪਹਿਲੀ ਐਪਲੀਕੇਸ਼ਨ ਹੈ ਜਿੱਥੇ ਤੁਹਾਡੀ ਜਿਹੜੀ ਇੰਟਰਵਿਊ ਆਈ ਹੈ? ਨਹੀਂ ਸਰ, ਇਸ ਤੋਂ ਪਹਿਲਾਂ 4 ਐਪਲੀਕੇਸ਼ਨ ਮੇਰੀਆਂ ਰਿਫਿਊਜ਼ ਹੋ ਗਈਆਂ ਸੀਗੀਆਂ। ਅੱਛਾ, ਉਹ ਕਾਹਦੀ ਐਪਲੀਕੇਸ਼ਨ ਸੀ, ਸਪਾਊਸ ਵੀਜ਼ਾ ਦੀ? ਹਾਂਜੀ, ਸਪਾਊਸ ਵੀਜ਼ਾ ਜੀ, ਇੱਕ ਅਮਰੀਕਾ ਦੀ ਹੋਈ ਸੀ, ਉਹ ਤਾਂ ਚਲੋ ਪਹਿਲਾਂ ਸੀ 2016 'ਚ ਸੀਗੀ। ਅੱਛਾ, ਪਰ ਇੱਕ ਅਮਰੀਕਾ ਦੀ, 4 ਕੈਨੇਡਾ ਦੀ। ਹਾਂਜੀ, ਟੋਟਲ 5 ਹੋ ਗਏ। ਟੋਟਲ 5 ਐਪਲੀਕੇਸ਼ਨ ਆ ਰਿਫਿਊਜ਼ ਹੋ ਚੁੱਕੀਆਂ ਪਹਿਲਾਂ, ਠੀਕ ਹੈ ਜੀ। ਸੋ ਇੰਟਰਵਿਊ ਪਹਿਲੀ ਵਾਰ ਆਇਆ? ਹਾਂਜੀ ਸਰ। ਅੱਛਾ, ਕੁਛ ਇਨਫੋਰਮੇਸ਼ਨ ਆਪਣੀ ਦਿਓ ਮੈਰਿਜ ਦੇ ਬਾਰੇ, ਪ੍ਰਾਈਵੇਟ ਇਨਫੋਰਮੇਸ਼ਨ ਨਹੀਂ, ਬਸ ਜਿਹੜੀ ਆਪਣੀ ਪਬਲਿਕ ਇਨਫੋਰਮੇਸ਼ਨ ਹੈ ਕਿ ਕਿੰਨੀ ਮੈਰਿਜ ਤੁਹਾਡੀ ਪੁਰਾਣੀ ਹੈ, ਕਦੋਂ ਤੁਹਾਡੀ ਵਾਈਫ ਗਏ ਕੈਨੇਡਾ, ਅਤੇ ਕਦੋਂ ਤੁਸੀਂ ਫਾਈਲ ਲਾਈ ਹੈ? ਹਾਂਜੀ ਸਰ, ਮੇਰਾ ਦੂਜਾ ਮੈਰਿਜ 2019 'ਚ ਹੋਈ ਸੀ, 25 ਫਰਵਰੀ 2019 'ਚ ਜੀ, ਅਤੇ 16 ਨਵੰਬਰ 2018 ਦੇ ਵਿੱਚ ਮੇਰੀ ਵਾਈਫ ਦਾ ਵੀਜ਼ਾ ਆਇਆ ਸੀਗਾ। ਓਕੇ, ਸਾਡੀ ਵੀਜ਼ੇ ਤੋਂ ਬਾਅਦ ਮੈਰਿਜ ਹੁੰਦੀ ਹੈ ਸਰ, ਅਤੇ ਫਿਰ ਜ਼ਿਆਦਾਤਰ ਉਹਨਾਂ ਨੇ ਡਾਊਟ ਇਸੇ ਗੱਲ ਤੋਂ ਹੀ ਚੱਕਦੇ ਵੀ ਤੁਹਾਡੇ ਮੈਰਿਜ ਰਸ਼ 'ਚ ਹੋਈ ਹੈ, ਆਫਟਰ ਵੀਜ਼ਾ ਮੈਰਿਜ ਹੋਈ ਹੈ। ਤਕਰੀਬਨ ਜ਼ਿਆਦਾਤਰ ਡਾਊਟ ਇਹੀ ਉਹਨਾਂ ਦੇ ਮਾਇੰਡ ਦੇ ਵਿੱਚ ਸੀਗਾ, ਅਤੇ ਜਿਹੜਾ ਕਿ ਆਪਾਂ ਇੰਟਰਵਿਊ ਕਲੀਅਰ ਕਰਕੇ ਆਏ ਹਾਂ। ਜਲਦੀ ਸਰ, ਆਹੀ ਕੁਐਸਚਨ ਪੁੱਛਣ ਲੱਗੇ ਕਿ ਹੋਰ ਹੋਰ ਕਿਤੋਂ ਕਿਹੜੀ ਜਗ੍ਹਾ ਤੋਂ ਸਟਾਰਟ ਕੀਤਾ ਉਹਨਾਂ ਨੇ ਇੰਟਰਵਿਊ, ਮਤਲਬ ਅਗਰ ਜੇ ਡਾਊਟ ਆਈ ਸੀ? ਹਾਂਜੀ, ਨਹੀਂ ਸਰ, ਇੱਥੋਂ ਅਸੀਂ ਪਹਿਲਾਂ ਜਾਣੀ ਕਿ ਸਾਡੀ 10 ਵਜੇ ਇੰਟਰਵਿਊ ਸੀਗੀ ਜੀ, ਅਤੇ 9 ਵਜੇ ਅਸੀਂ ਚਲੇ ਗਏ ਸੀਗੇ ਅੰਬੈਸੀ ਕੋਲ। ਤੁਸੀਂ ਦੋਨੋਂ ਹਸਬੈਂਡ ਵਾਈਫ, ਵਾਈਫ ਵੀ ਨਾਲ? ਹਾਂਜੀ, ਵਾਈਫ ਵੀ ਨਾਲ। ਵਾਈਫ ਇੱਧਰ, ਪਹਿਲਾਂ ਸਾਡੀ ਇੰਟਰਵਿਊ ਹੈਗੀ ਸੀਗੀ 28 ਜੂਨ ਨੂੰ, ਅਤੇ ਫਿਰ ਉਹਨਾਂ ਨੇ ਦੂਜਾ, ਮੇਰੇ ਵਾਈਫ ਨੇ ਤਾਂ ਉੱਦਣ ਹੀ ਟਿਕਟ ਕਰਾ ਲਈ ਸੀ, ਜਾਣੀ 31 ਤਰੀਕ ਨੂੰ ਸਾਨੂੰ ਮਿਲਿਆ ਲੈਟਰ, 31 ਮਈ ਨੂੰ, ਅਤੇ 31 ਮਈ ਨੂੰ ਟਿਕਟ ਕਰਾ ਲਈ ਸੀ ਉਹਨਾਂ ਨੇ ਵੀ, ਅਤੇ ਟਿਕਟ ਕਰਾ ਕੇ ਮੈਨੂੰ ਦੱਸਿਆ ਵੀ ਮੈਂ ਆ ਰਹੀ ਹਾਂ, ਅਤੇ ਆਪਣੀ 9 ਤਰੀਕ ਨੂੰ ਇੰਟਰਵਿਊ ਆ, ਜਾਣੀ ਕਿ ਉੱਥੋਂ ਬਾਹਰੋਂ ਕੈਨੇਡਾ ਤੋਂ ਹੀ ਫਾਈਲ ਲਵਾਈ ਸੀਗੀ, ਅਤੇ ਉਹਨਾਂ ਕੋਲ ਜੋ ਮੇਲ ਵਗੈਰਾ ਉਹਨਾਂ ਕੋਲ ਆਉਂਦੀ ਸੀਗੀ। ਉਹ ਤੋਂ ਬਾਅਦ ਜਦੋਂ ਆ ਗਏ ਉਹ, ਤਾਂ ਬਾਅਦ ਵਿੱਚ ਪਹਿਲਾਂ 28 ਨੂੰ ਸੀਗੀ ਇੰਟਰਵਿਊ, ਬਾਅਦ 'ਚ ਉਹਨਾਂ ਨੇ ਚੱਕ ਕੇ 14 ਜੁਲਾਈ ਨੂੰ ਕਰਤੀ, ਲੇਟ ਕਰਤੀ। ਅਤੇ ਫਿਰ ਜਦੋਂ ਅਸੀਂ ਇੰਟਰਵਿਊ ਦੇਣ ਗਏ, ਅਤੇ ਪਹਿਲਾਂ ਤਾਂ 9:30 ਵਜੇ ਅਸੀਂ ਐਂਟਰ ਹੋ ਗਏ ਸੀ, ਸਾਡਾ ਓਪਰੇਟਰ ਆ ਗਿਆ ਸੀਗਾ, ਅਤੇ ਉਹ ਸਾਨੂੰ ਅੰਦਰ ਲੈ ਗਿਆ। ਫਿਰ ਅੰਦਰ ਜਾ ਕੇ ਸਾਨੂੰ ਕਾਫੀ ਵੇਟ ਕਰਨੀ ਪਈ, ਜਾਣੀ ਕਿ ਇੰਟਰਵਿਊ ਟਾਈਮਿੰਗ ਸਾਡੀ 10 ਵਜੇ ਦੀ ਸੀ ਨਾ, ਅਤੇ ਉਹਨਾਂ ਨੇ ਤਕਰੀਬਨ ਸਾਡਾ 11 ਵਜੇ ਇੰਟਰਵਿਊ ਲਿਆ। ਪਹਿਲਾਂ ਤਾਂ ਉਹ ਕਹਿੰਦੇ ਸੀਗੇ ਵੀ ਤੁਹਾਡਾ ਜਿਨ੍ਹਾਂ ਨੇ ਇੰਟਰਵਿਊ ਲੈਣਾ ਨਾ ਉਹ ਮੀਟਿੰਗ 'ਚ ਨੇ ਸਰ, ਠੀਕ ਹੈ। ਫਿਰ ਦੂਜਾ ਉਹ ਕਹਿੰਦੇ ਵੀ, ਫਿਰ ਮੈਂ ਅੱਧਾ ਘੰਟਾ ਹੀ ਵੇਟ ਕੀਤੀ, ਬੈਠੇ ਰਹੇ ਉੱਥੇ ਵੀ, ਜਾਣੀ ਕਿ ਵਧੀਆ ਤਰੀਕੇ ਨਾਲ ਬੈਠੇ ਰਹੇ, ਐਂ ਨਹੀਂ ਕਿਉਂਕਿ ਕੈਮਰੇ ਕੁਮਰੇ ਲੱਗੇ ਹੀ ਅਸੀਂ, ਇਹ ਨਾ ਵਧੀਆ ਅਸੀਂ ਗੱਲਾਂ ਬਾਤਾਂ ਕਰਦੇ ਰਹੇ, ਹੱਸਦੇ ਖੇਡਦੇ ਰਹੇ ਉੱਥੇ। ਅਤੇ ਜਦੋਂ ਬਾਅਦ ਵਿੱਚ ਫਿਰ ਮੈਂ ਪੁੱਛਿਆ ਵੀ ਯਾਰ ਇੰਨਾ ਟਾਈਮ ਹੋ ਗਿਆ, ਆਪਰੇਟਰ ਨੂੰ ਕਿਹਾ ਵੀ ਇੰਨਾ ਟਾਈਮ ਹੋ ਗਿਆ ਇੰਟਰਵਿਊ ਲੈਂਦੇ ਨਹੀਂ ਪਏ, ਅਤੇ ਫਿਰ ਉਹ ਕਹਿੰਦੇ ਵੀ ਜਿਹਨੇ ਤੁਹਾਡਾ ਇੰਟਰਵਿਊ ਲੈਣਾ ਉਹ ਆਏ ਹੀ ਨਹੀਂ। ਅਤੇ ਮੈਂ ਕਿਹਾ ਜੀ, ਮੈਂ ਮਨ 'ਚ ਸੋਚਿਆ, ਮੈਂ ਕਿਹਾ ਪਹਿਲਾਂ ਹੀ ਕਿਸਮਤ ਏਡੀ ਮਾੜੀ, 4 ਵਾਰੀ ਪਹਿਲਾਂ ਰਿਫਿਊਜ ਹੋ ਗਏ, ਬਾਅਦ 'ਚ ਦੂਜਾ ਇੰਟਰਵਿਊ ਵੀ ਅੱਗੇ ਹੋ ਗਿਆ ਸੀ ਇੱਕ ਵਾਰੀ, ਅਤੇ ਫਿਰ ਮੈਂ ਆਖਿਆ ਵੀ ਇਹ ਤਾਂ ਕੰਮ ਔਖਾ ਹੀ ਹੈ। ਬਾਅਦ ਵਿੱਚ ਅਸੀਂ ਬੈਠੇ ਹੀ ਗਏ, ਅਤੇ ਉਹਨਾਂ ਦੀ ਜਦੋਂ ਅਨਾਊਂਸਮੈਂਟ ਹੋ ਗਈ ਸਾਡੀ ਸਿੰਘ ਇੰਨੇ ਕੈਬਨ ਦੇ ਵਿੱਚ ਆ ਜਾਓ, ਅਤੇ ਸਾਡੇ ਕੋਲ ਸਮਾਨ ਹੀ ਬੜਾ ਸੀਗਾ, ਜਾਣੀ ਕਿ ਦੋਵਾਂ ਜਾਣਿਆਂ ਨੇ ਅਸੀਂ ਚੱਕਿਆ ਹੋਇਆ ਸੀਗਾ, ਅਸੀਂ ਉਹ ਦੋਨੇ ਜਾਣੇ। ਕਿਹੜੇ ਕਿਹੜੇ ਸਮਾਨ ਲੈ ਕੇ ਗਏ ਸੀ? ਸਰ, ਮੇਰੇ ਕੋਲ ਐਲਬਮ ਸੀਗੀ ਓਕੇ ਵੱਡੀ, ਅਤੇ ਉਸ ਤੋਂ ਬਾਅਦ ਮੇਰੇ ਕੋਲ ਇੱਕ ਐਲਬਮ ਦੂਜੀ ਸੀ ਆਫਟਰ ਮੈਰਿਜ ਵਾਲੀ ਜੀ, ਅਤੇ ਉਦੋਂ ਬਾਅਦ ਇੱਕ ਜਿਹੜੀ 7 ਫਰਵਰੀ 2020 ਵਿੱਚ ਵਿਜ਼ਿਟ ਕੀਤੇ, 5 ਮਹੀਨੇ ਮੇਰੇ ਕੋਲ ਰਹੇ ਉਹ ਐਲਬਮ, ਇੱਕ ਐਲਬਮ
ਵਿਜ਼ਿਟ ਹੋਏ ਮੇਰੇ ਕੋਲ ਉਹ ਸੀਗੀ ਤਿੰਨ ਐਲਬਮ ਬਹੁਤ ਚੌਥੀ ਇਹ ਸੀਗੀ ਹਾਂਜੀ ਉਸ ਤੋਂ ਇਲਾਵਾ ਵੀ ਮੇਰੇ ਕੋਲ ਸਾਰੇ ਏ ਟੂ ਜੈਡ ਡਾਕੂਮੈਂਟ ਹੋ ਗਏ ਇੱਥੋਂ ਤੱਕ ਕਿ ਮੈਂ ਤਾਂ ਉਹ ਵੀ ਨਹੀਂ ਛੱਡਿਆ ਜਿਹੜੇ ਵੀ ਜਾਣੀ ਕਿ ਪ੍ਰਵੀਨ ਮੇਰੇ ਵਾਈਫ ਉਹ ਬਾਹਰ ਸੀ ਨਾ ਤੇ ਉਹਨਾਂ ਦੇ ਬਾਹਰ ਜਾਣ 'ਤੇ ਵੀ ਜਿਹੜਾ ਮੈਂ ਉਹਨਾਂ ਦੇ ਰੈਲੇਟਿਵ ਨਾਲ ਜੋ ਵੀ ਵਿਆਹ ਅਟੈਂਡ ਕੀਤੇ ਰੱਖੜੀ ਦੇ ਤਿਉਹਾਰ ਅਟੈਂਡ ਕੀਤੇ ਹੈ ਨਾ ਉਹ ਵੀ ਸਾਰੀਆਂ ਫੋਟੋਆਂ ਲੈ ਗਿਆ ਸੀ ਮੈਂ ਤੇ ਫਿਰ ਜਦੋਂ ਮੈਂ ਅੰਦਰ ਚਲੇ ਗਏ ਤੇ ਉਹ ਲੇਡੀ ਸੀਗੇ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਜਾਨੀ ਕਿ ਉਹਨਾਂ ਨੇ ਆਪਦਾ ਨਾਂ ਨੂੰ ਨਹੀਂ ਦੱਸਿਆ ਪਤਾ ਨਹੀਂ ਇੰਡੀਅਨ ਆਫੀਸਰ ਸੀ ਜਾਂ ਬਾਹਰ ਦੀ ਕੋਈ ਬਾਹਰ ਦੀ ਕੈਨੇਡੀਅਨ ਸੀ ਕੋਈ ਇੰਡੀਆ ਤੋਂ ਹੀ ਲੱਗ ਗਏ ਸਰ ਓਕੇ ਠੀਕ ਹੈ ਜੀ ਤੇ ਉਹਨਾਂ ਨੇ ਜਾਨੀ ਕਿ ਆਪਦਾ ਨਾਂ ਨੂੰ ਨਹੀਂ ਦੱਸਿਆਗਾ ਜਾਂ ਹੋ ਸਕਦਾ ਸਰ ਲੇਟ ਹੋਣਾ ਨਾ ਕਿਉਂਕਿ ਸਾਡਾ ਇੰਟਰਵਿਊ 10 ਵਜੇ ਦਾ ਸੀਗਾ ਤੇ 11 ਵਜੇ ਸਟਾਰਟ ਹੋਇਆ ਤੇ ਉਹਨਾਂ ਨੇ ਆਉਂਦੇ ਸਾਰੀ ਆਉਂਦੇ ਵੀ ਇਹ ਕੌਣ ਨੇ ਆਉਂਦੇ ਮੈਂ ਮੇਰੇ ਵਾਈਫ ਨੇ ਤੇ ਆਉਂਦੇ ਠੀਕ ਆ ਤੇ ਕਹਿੰਦੇ ਇਹਨਾਂ ਨੂੰ ਬਾਹਰ ਚੱਲ ਜਾਓ ਤੇ ਮੇਰੇ ਵਾਈਫ ਤੋਂ ਕਹਿੰਦੇ ਵੀ ਹਾਂਜੀ ਮੈਡਮ ਮੈਂ ਬਾਹਰ ਬੈਠ ਜਾਂਦੀ ਹਾਂ ਪਰ ਕੋਈ ਵੀ ਡਿਸੀਜਨ ਲੈਣ ਤੋਂ ਪਹਿਲਾਂ ਮੇਰੀ ਰਾਏ ਜ਼ਰੂਰ ਲੈ ਲਿਓ ਤੁਸੀਂ ਮੈਂ ਕੁਛ ਆਪਣੀਆਂ ਗੱਲਾਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦੀ ਹਾਂ ਤੇ ਆਉਂਦੇ ਹਾਂ ਤੁਹਾਨੂੰ ਮੌਕਾ ਦਿੱਤਾ ਜਾਓ ਤੁਸੀਂ ਬਾਹਰ ਬਹਿ ਜਾਓ ਤੇ ਉਹਨਾਂ ਨੂੰ ਬਾਹਰ ਬਿਠਾ ਤਾ ਤੇ ਜਾਣੀ ਕਿ 4-5 ਸਟੈਪ ਬਾਹਰ ਸੀ ਇੱਥੇ ਤੇ ਉੱਥੇ ਬਹਿਣ ਨੂੰ ਬਣਿਆ ਸੀ ਤੇ ਦਰਵਾਜ਼ਾ ਜਾਣੀ ਕਿ ਬੰਦ ਹੋ ਜਾਂਦਾ ਤੇ ਫਿਰ ਜਦੋਂ ਉਹ ਪਹਿਲਾਂ ਹੀ ਉਹਨਾਂ ਨੇ ਪੁੱਛਿਆ ਵੀ ਤੁਹਾਡੇ ਵਾਈਫ ਦਾ ਵੀਜ਼ਾ ਕਦੋਂ ਆਇਆ ਮੈਂ ਕਿਹਾ ਜੀ ਇੰਨੀ ਨੂੰ ਆਇਆ ਸੀਗਾ ਤੇ ਹੇਠ ਉੱਤੇ ਹੀ ਉਹਨਾਂ ਨੇ 5-6 ਕੁਸ਼ਚਨ ਲਗਾਤਾਰ ਹੀ ਪੁੱਛੇ ਤੇ ਜਦੋਂ ਮੈਂ ਦਵਾ ਦਵ ਜਵਾਬ ਦੇ ਗਿਆ ਤੇ ਫਿਰ ਉਹਨਾਂ ਨੂੰ ਫਿਰ ਥੋੜ੍ਹੇ ਜਿਹੇ ਜਾਣੀ ਕਿ ਫਿਰ ਹੌਲੀ ਹੌਲੀ ਪੁੱਛੇ ਉਹਨਾਂ ਨੇ ਪਹਿਲਾਂ ਉਹਨਾਂ ਨੇ ਇਹ ਪੁੱਛਿਆ ਵੀ ਤੁਹਾਡੇ ਵਾਈਫ ਦਾ ਵੀਜ਼ਾ ਕਦੋਂ ਆਇਆ ਫਿਰ ਤੁਹਾਡੀ ਮੈਰਿਜ ਕਦੋਂ ਹੋਈ ਤੇ ਤੁਹਾਡੀ ਲਵ ਮੈਰਿਜ ਆ ਜਾਂ ਅਰੇਂਜ ਮੈਰਿਜ ਆ ਹੈ ਤੇ ਮੈਂ ਕਿਹਾ ਜੀ ਸਾਡੀ ਹੈ ਤਾਂ ਅਰੇਂਜ ਮੈਰਿਜ ਬਾਕੀ ਮੈਂ ਦੱਸਣ ਲੱਗਾ ਅੱਗੋਂ ਕੁਛ ਤੇ ਆਉਂਦੇ ਵੀ ਨਹੀਂ ਬਸ ਮੈਂ ਤੁਹਾਨੂੰ ਇਹੀ ਪੁੱਛਣਾ ਵੀ ਲਵ ਮੈਰਿਜ ਕਿ ਅਰੇਂਜ ਮੈਂ ਹਾਂਜੀ ਸਾਡੀ ਅਰੇਂਜ ਮੈਰਿਜ ਆ ਤੇ ਉਸ ਤੋਂ ਬਾਅਦ ਮੈਨੂੰ ਕਹਿੰਦੇ ਵੀ ਤੁਹਾਡੇ ਵਾਈਫ ਆਪਣੀ ਦਾ ਵਰਕ ਪਰਮਿਟ ਦਿਓ ਮੈਨੂੰ ਉਹ ਦੂਜਾ ਵਰਕ ਪਰਮਿਟ 'ਤੇ ਸਟੱਡੀ ਕਰਦੇ ਮੈਂ ਵਰਕ ਪਰਮਿਟ 'ਤੇ ਆ ਤੇ ਵਾਈਫ ਦਾ ਵਰਕ ਪਰਮਿਟ ਦਿਓ ਫਿਰ ਮੇਰੇ ਕੋਲ ਓਰੀਜਨਲ ਹੀ ਹੈਗਾ ਸੀ ਜਦੋਂ ਵਾਈਫ ਮੇਰੇ ਆਏ ਹੋਏ ਸੀ ਫਿਰ ਮੈਂ ਓਰੀਜਨਲ ਹੀ ਕੱਢ ਕੇ ਉਹਨਾਂ ਨੂੰ ਦੇਤਾ ਤੇ ਫਿਰ ਦੂਜਾ ਮੈਨੂੰ ਪੁੱਛਿਆ ਵੀ ਤੁਹਾਡੇ ਸਹੁਰਾ ਫੈਮਿਲੀ 'ਚੋਂ ਕੌਣ ਕੌਣ ਤੇ ਮੈਂ ਦੱਸਤਾ ਵੀ ਦੂਜਾ ਮੇਰਾ ਬ੍ਰਦਰ ਇਨ ਲਾ ਅਤੇ ਨਹੀਂ ਸਰ ਉਸ ਤੋਂ ਪਹਿਲਾਂ ਉਹਨੇ ਮੈਨੂੰ ਪੁੱਛਿਆ ਸੀਗਾ ਵੀ ਤੁਹਾਡੇ ਉੱਥੇ ਤੁਹਾਡੇ ਵਾਈਫ ਕੋਲ ਕੌਣ ਕੌਣ ਰਹਿੰਦਾ ਅਤੇ ਮੈਂ ਕਿਹਾ ਮੇਰੇ ਬ੍ਰਦਰ ਇਨ ਲਾ ਅਤੇ ਮੇਰੇ ਵਾਈਫ ਉੱਥੇ ਰਹਿੰਦੇ ਕਨੇਡਾ ਦੇ ਵਿੱਚ ਅਤੇ ਫਿਰ ਉਹਨਾਂ ਨੇ ਮੈਨੂੰ ਪੁੱਛਿਆ ਤੁਹਾਡੇ ਸਹੁਰਾ ਫੈਮਿਲੀ 'ਚ ਕੌਣ ਕੌਣ ਅਤੇ ਫਿਰ ਮੈਂ ਦੱਸਤਾ ਵੀ ਮੇਰੇ ਯਾਨੀ ਕਿ ਮੰਮੀ ਹੈ ਨਹੀਂ ਗੇ ਉਹਨਾਂ ਦੇ ਅਤੇ ਫਿਰ ਮੈਂ ਕਿਹਾ ਇੱਕ ਮੇਰਾ ਬ੍ਰਦਰ ਇਨ ਲਾ ਵੀ ਹੈ ਕਹਿੰਦੀ ਬ੍ਰਦਰ ਇਨ ਲਾ ਤਾਂ ਤੁਹਾਡਾ ਬਾਹਰ ਗਏ ਮੈਂ ਸਰ ਬ੍ਰਦਰ ਇਨ ਲਾ ਕਵਾਂ ਅਤੇ ਉਹ ਅੱਗੋਂ ਕਹਿਣ ਤੁਹਾਡੇ ਸਾਲਾ ਸਾਹਿਬ ਮੈਂ ਹਾਂਜੀ ਸਾਲਾ ਸਾਹਿਬ ਅਤੇ ਉਹ ਦੂਜਾ ਕਹਿੰਦੀ ਉਹ ਤਾਂ ਤੁਹਾਡੇ ਬਾਹਰ ਗਏ ਮੈਡਮ ਹਾਂਜੀ ਮੈਂ ਮੈਡਮ ਬਾਹਰ ਤਾਂ ਗਏ ਆ ਪਰ ਫੈਮਿਲੀ ਮੈਂਬਰ ਤਾਂ ਹੈ ਨਾ ਆਪਣੇ ਠੀਕ ਹੈ ਫਿਰ ਮੈਂ ਸਾਰਾ ਦੱਸਤਾ ਵੀ ਆ ਫਿਰ ਉਹਨਾਂ ਦੀ ਲੋਕੇਸ਼ਨ ਪੁੱਛੀ ਕਿਵੇਂ ਕਿੱਥੇ ਨੇ ਫਿਰ ਉਹਨਾਂ ਨੇ ਮੈਂ ਦੱਸਤਾ ਵੀ ਇਸ ਤਰ੍ਹਾਂ ਵੀ ਜਾਣੀ ਕਿ ਹੋਰ ਸਭ ਕੁਛ ਲੱਗੋ ਲੱਗ ਗਏ ਪਰ ਘਰਾਂ ਵਿੱਚ ਕੰਧ ਨਹੀਂ ਹੈਗੀ ਅੱਡੋ ਅੱਡੀ ਘਰ ਬਣਾਏ ਹੋਏ ਉਹਨਾਂ ਨੇ ਅਤੇ ਰਹਿੰਦੇ ਇਕੱਠੇ ਪੁਆਇੰਟ ਵਾਂਗ ਹੋਈ ਹੈ ਅਤੇ ਫਿਰ ਉਹਨਾਂ ਨੇ ਮੈਥੋਂ ਪੁੱਛਿਆ ਵੀ ਤੁਹਾਡੇ ਘਰ ਤੋਂ ਤੁਹਾਡੇ ਜਿਹੜਾ ਜਿੱਥੇ ਤੁਹਾਡਾ ਵਿਆਹ ਆ ਉਹ ਕਿੰਨੀ ਦੂਰ ਆ ਦੱਸਿਆ ਮੈਂ ਇੰਨੀ ਦੂਰ ਆ ਸਰ ਨੇ ਸਾਰਾ ਕੁਝ ਰਟਾਇਆ ਹੋਇਆ ਸੀਗਾ ਪਹਿਲਾਂ ਹੀ ਤੇ ਕਹਿੰਦੇ ਉੱਧਰੋਂ ਕਿੰਨਾ ਦੂਜਾ ਸੀਗਾ ਤੁਹਾਡੇ ਵਾਈਫ ਦੇ ਘਰ ਤੋਂ ਮੈਂ ਉਹ ਵੀ ਦੱਸਤਾ ਮੈਂ ਇੰਨਾ ਕਿ ਉੱਧਰੋਂ ਸੀਗਾ ਜੇ 1 ਕਿਲੋਮੀਟਰ ਵੱਧ ਲਾ ਲਓ ਵੱਧ ਤੋਂ ਵੱਧ ਇੰਨਾ ਕੀ ਆ ਅਤੇ ਫਿਰ ਮੈਨੂੰ ਕਹਿੰਦੇ ਵੀ ਤੁਹਾਡਾ ਤੁਸੀਂ ਮੇਰੇ ਵਾਈਫ ਦੇ ਨਾਂ 'ਤੇ ਪਾਸਪੋਰਟ 'ਤੇ ਹੈ ਨਹੀਂ ਸੀ ਨਾ ਮੇਰਾ ਨਾਮ ਅਤੇ ਫਿਰ ਮੈਨੂੰ ਕਹਿੰਦੇ ਵੀ ਤੁਸੀਂ ਆਪਦੀ ਵਾਈਫ ਦੀ ਕੋਈ ਆਈਡੈਂਟੀ ਦਿਓ ਜਿਹੜੀ ਇੱਥੇ ਰਹਿੰਦੇ ਹੋ ਨਾ ਤੁਹਾਡੇ ਕੋਲ ਅਤੇ ਮੈਂ ਮੈਡਮ ਦੱਸੋ ਕੀ ਚਾਹੀਦਾ ਮੇਰੇ ਕੋਲ ਸਾਰਾ ਕੁਛ ਹੈਗਾ ਕਹਿੰਦੇ ਤੁਸੀਂ ਆਧਾਰ ਕਾਰਡ ਦੇ ਮੈਂ ਆਧਾਰ ਕਾਰਡ ਦੇਤਾ ਅਤੇ ਕਹਿੰਦੀ ਕੋਈ ਜੁਆਇੰਟ ਬੈਂਕ ਅਕਾਊਂਟ ਮੈਂ ਉਹ ਹੀ ਦੇਤਾ ਅਤੇ ਫਿਰ ਮੈਨੂੰ ਕਹਿੰਦੇ ਵੀ ਤੁਸੀਂ ਐਲਬਮ ਵਿਖਾਓ ਹੈ ਮੈਂ ਮੈਡਮ ਮੇਰੇ ਕੋਲ ਤਾਂ ਦੂਜਾ 3 ਐਲਬਮ ਮੇਰੇ ਕੋਲ 4 ਐਲਬਮ ਆ ਇੱਕ ਮੈਰਿਜ ਵਾਲੀ ਇੱਕ ਆਫਟਰ ਮੈਰਿਜ ਵਾਲੀ ਇੱਕ
ਵਿਜ਼ਿਟ ਵਾਲੇ ਫਸਟ ਵਿਜ਼ਿਟ ਵਾਲੀ ਇੱਕ ਹੁਣ ਵਿਜ਼ਿਟ ਵਾਲੀ ਤੇ ਤੁਸੀਂ ਕਿਹੜੀ ਵੇਖਣੀ ਆ ਤੇ ਉਹ ਸ਼ੀਸ਼ਾ ਜਿਹਾ ਲੱਗਾ ਹੋਇਆ ਸਰ ਵੱਡੀ ਐਲਬਮ ਤਾਂ ਜਾਂਦੀ ਨਹੀਂ ਜਿਹੜੀਆਂ ਛੋਟੀਆਂ ਜਿਹੀਆਂ ਉਹ ਵੇਖ ਲਈਆਂ ਉਹਨਾਂ ਨੇ ਚੱਲ ਕਹਿੰਦੇ ਆਫਟਰ ਮੈਰਿਜ ਵਾਲੀ ਵਿਖਾ ਦਿਓ ਫਿਰ ਆਫਟਰ ਮੈਰਿਜ ਵਾਲੀ ਮੈਂ ਉਹ ਉਸ ਤਰ੍ਹਾਂ ਜਿਵੇਂ ਤੁਸੀਂ ਦੱਸਿਆ ਸ਼ੀਟਾਂ 'ਤੇ ਕਢਾਈ ਹੋਈ ਸੀਗੀ ਇੱਕ ਪੇਜ 'ਤੇ ਨੌ ਨੌ ਫੋਟੋਆਂ ਆਈਆਂ ਸੀ ਉੱਤੇ ਤੇ ਉੱਥੇ ਸਾਰਾ ਕੋਈ ਲਿਖਿਆ ਹੋਇਆ ਸੀ ਵੀ ਆ ਇੱਥੋਂ ਦੀ ਇੱਥੋਂ ਦੀ ਇੱਥੋਂ ਦੀ ਅਤੇ ਉਹ ਮੈਂ ਉਹਨਾਂ ਨੂੰ ਫੜਾਤੀ ਵਿੱਚੋਂ ਦੀ ਸ਼ੀਸ਼ੇ 'ਤੇ ਕ੍ਰੋਸ ਹੋ ਗਈ ਵਿੱਚੋਂ ਦੀ ਅਤੇ ਉਹ ਉਹਨਾਂ ਨੇ ਵੇਖ ਲਈ ਅਤੇ ਮੈਂ ਇੱਕ ਮੈਰਿਜ ਅਟੈਂਡ ਕੀਤੀ ਸੀ ਵਿਆਹ ਤੋਂ ਬਾਅਦ ਹੀ ਅਸੀਂ ਕਹਿੰਦੇ ਆਹ ਕੌਣ ਆ ਮੈਂ ਕਿਹਾ ਵੀ ਇਸ ਤਰ੍ਹਾਂ ਮੇਰੀ ਫਰੈਂਡ ਜਾਂ ਮੇਰੀ ਵਾਈਫ ਦੀ ਫਰੈਂਡ ਆ ਅਤੇ ਉਹਨਾਂ ਦੀ ਮੈਰਿਜ 'ਤੇ ਅਸੀਂ ਗਏ ਸੀ ਉਹ ਅਟੈਂਡ ਕੀਤੀ ਸੀ ਕੀ ਨਾਮ ਇਹਨਾਂ ਦਾ ਮੈਂ ਮਨਦੀਪ ਅਤੇ ਕਹਿੰਦੇ ਠੀਕ ਆ ਉਹ ਬਸ ਜਲਦੀ ਜਲਦੀ ਵੇਖ ਲਈ ਉਹਨਾਂ ਨੇ ਅਤੇ ਫਿਰ ਮੈਨੂੰ ਕਹਿੰਦੇ ਵਿਆਹ ਵਾਲੀ ਵਿਖਾ ਅਤੇ ਵਿਆਹ ਵਾਲੀ ਜਦੋਂ ਮੈਂ ਵਿਖਾਈ ਅਤੇ ਬਾਹਰਲੀ ਸਾਈਡ 'ਤੇ ਯਾਨੀ ਕਿ ਵੱਡੀ ਐਲਬਮ ਉਹ ਤਾਂ ਅੰਦਰ ਜਾ ਨਹੀਂ ਸਕਦੀ ਹੈ ਨਾ ਸ਼ੀਸ਼ੇ ਵਿੱਚ ਦੀ ਸ਼ੀਸ਼ੇ ਦਾ ਪੁਆਇੰਟ ਓਡਾ ਵੀ ਹੁੰਦਾ ਕਹਿੰਦੇ ਬਾਹਰੋਂ ਵਿਖਾ ਇੱਥੋਂ ਮੈਨੂੰ ਅਤੇ ਫਿਰ ਮੈਂ ਬਾਹਰੋਂ ਵਿਖਾਉਣ ਲੱਗ ਪਿਆ ਪੇਜ ਜਦੋਂ ਫੋਲਡ ਕਰਨ ਲੱਗ ਗਿਆ ਅਤੇ ਸਟਾਰਟਿੰਗ 'ਤੇ ਜੇ ਕੀਤੇ ਪੇਜ ਫੋਲਡ ਕਹਿੰਦੇ ਇਹ ਤਾਂ ਦੂਜੀ ਤੁਹਾਡੀ ਰਿੰਗ ਸੈਰਮਨੀ ਦੀ ਲੱਗਦੀ ਹੈ ਮੈਂ ਹਾਂਜੀ ਮੈਡਮ ਮੈਂ ਵਿੱਚ ਹੀ ਆ ਸਾਰੀ ਇੱਕੋ ਹੀ ਐਲਬਮ ਬਣਾਈ ਹੋਈ ਸੀ ਅਸੀਂ ਅਤੇ ਫਿਰ ਆਉਂਦੀ ਤੁਸੀਂ ਸਿੱਧਾ ਆਨੰਦ ਕਾਰਜ ਵਿਖਾਓ ਮੈਨੂੰ ਅਤੇ ਫਿਰ ਮੈਂ ਆਨੰਦ ਕਾਰਜ ਵਾਲੇ ਫੋਟੋਆਂ ਵਿਖਾਈਆਂ ਮੈਨੂੰ ਕਹਿੰਦੇ ਆਹ ਕੌਣ ਆ ਮੈਂ ਕਿਹਾ ਮੇਰਾ ਬ੍ਰਦਰ ਨੂੰ ਲਾ ਅਤੇ ਨਾਲ ਹੀ ਤਿੰਨ ਚਾਰ ਹੋਰ ਸੀਗੇ ਉਹ ਵੀ ਮੈਂ ਦੱਸ ਤਿਆ ਅਤੇ ਕਹਿੰਦੇ ਠੀਕ ਆ ਅਤੇ ਤੁਹਾਡੇ ਵਾਈਫ ਜੋਬ ਕੀ ਕਰਦੇ ਆ ਫਿਰ ਮੈਂ ਦੱਸਤਾ ਇਹ ਪਾਰਟ ਟਾਈਮ ਆਹ ਕਰਦੇ ਅਤੇ ਫੁੱਲ ਟਾਈਮ ਆਹ ਕਰਦੇ ਮੈਂ ਨੌਕ ਬੀ ਦੀ ਜੋਬ ਕਰਦੇ ਐਜ਼ ਏ ਸੁਪਰਵਾਈਜ਼ਰ ਅਤੇ ਕਹਿੰਦੇ ਦੂਜੀ ਥਾਂ 'ਤੇ ਜਿੱਥੇ ਕੇ ਐੱਫ ਸੀ ਕਰਦੇ ਕਹਿੰਦੇ ਉੱਥੇ ਹੀ ਕਰਦੇ ਮੈਂ ਉੱਥੇ ਐਜ਼ ਏ ਕੈਸ਼ੀਅਰ ਕੰਮ ਕਰਦੇ ਆ ਅਤੇ ਦੋਵੇਂ ਜੋਬਾਂ ਕਹਿੰਦੇ ਐਡਜਸਟ ਕਿਵੇਂ ਕਰਦੇ ਆ ਅਤੇ ਮੈਂ ਮੈਡਮ ਕੇ ਐੱਫ ਸੀ ਉਹ ਬਹੁਤ ਘੱਟ ਕਰਦੇ ਵੱਧ ਤੋਂ ਵੱਧ ਇੱਕ ਸ਼ਿਫਟ ਜਾਂ ਦੋ ਸ਼ਿਫਟ ਯਾਨੀ ਕਿ ਉਹਨਾਂ ਦੀ ਮਰਜ਼ੀ ਆ ਕਰਦੇ ਕਰਦੇ ਕਈ ਵਾਰ ਕਰਦੇ ਵੀ ਨਹੀਂ ਗਏ ਅਤੇ ਯਾਨੀ ਕਿ ਫੁੱਲ ਟਾਈਮ ਉਹ ਐੱਨ ਡਬਲਯੂ ਕਰਦੇ ਕੰਮ ਅਤੇ ਕਹਿੰਦੇ ਠੀਕ ਆ ਅਤੇ ਫਿਰ ਮੈਨੂੰ ਕਹਿੰਦੇ ਵੀ ਉਹਨਾਂ ਦੀਆਂ ਜੋਬ ਡਿਊਟੀਜ਼ ਦਿਓ ਮੈਨੂੰ ਅਤੇ ਉਹ ਸਰ ਮੈਂ ਯਾਨੀ ਕਿ ਇੱਕ ਫੋਲਡਰ ਹੀ ਬਣਾਇਆ ਹੋਇਆ ਸੀ ਬਾਇੰਡ ਕਰਾਇਆ ਜਿਹੜੇ ਸਪਰਿੰਗ ਵਾਲਾ ਹੁੰਦਾ ਉਹਦੇ ਵਿੱਚ ਇਹ ਸਾਰੀਆਂ ਜਿੰਨੀਆਂ ਜੋਬ ਡਿਊਟੀ ਸੀਗੀਆਂ ਮੈਂ ਤਾਂ ਕਹਿੰਦੇ ਸੀ ਦੋ ਤਿੰਨ ਲੈ ਜਾਓ ਜ਼ਿਆਦਾ ਲੋੜ ਨਹੀਂ ਮੈਂ ਸਾਰੀਆਂ ਹੀ ਲੈ ਗਿਆ ਸੀਗਾ ਅਤੇ ਉਹ ਐਡੀ ਯਾਨੀ ਕਾਪੀ ਬਣ ਗਈ ਸੀਗੀ ਉਹ ਅਤੇ ਅਗਲੇ ਬੰਨੇ ਏ ਐਨ ਡਬਲਯੂ ਦੀਆਂ ਸੀ ਅਤੇ ਪਿਛਲੇ ਬੰਨੇ ਕੇ ਐੱਫ ਸੀ ਦੀਆਂ ਅਤੇ ਵਿੱਚ ਉਹ ਸਟ੍ਰਿਕ ਜੀ ਲਾਤੀ ਸੀ ਅਸੀਂ ਅਤੇ ਮੈਂ ਉਵੇਂ ਭੇਜ ਦੇ ਸ਼ੀਸ਼ੇ ਥੱਲੇ ਉਹਨਾਂ ਨੂੰ ਫੜਾਤੀ ਮੈਂ ਮੈਡਮ ਮੰਨ ਲਓ ਅਤੇ ਮੈਂ ਮੈਡਮ ਨਾਲ ਹੀ ਦੱਸਤਾ ਮੈਂ ਮੈਡਮ ਅੱਗੇ ਏ ਐਨ ਡਬਲਯੂ ਦੀਆਂ ਅਤੇ ਬੈਕ ਸਾਈਡ 'ਤੇ ਕੇ ਐੱਫ ਸੀ ਦੀਆਂ ਕਹਿੰਦੇ ਠੀਕ ਆ ਅਤੇ ਫਿਰ ਦੂਜਾ ਇੱਕ ਦੋ ਹੋਰ ਕੁਸ਼ਚਨ ਪੁੱਛੇ ਬਾਈ ਇਹੀ ਤਕਰੀਬਨ ਪੁੱਛੇ ਇਹਨਾਂ ਨੂੰ ਅਤੇ ਫਿਰ ਮੈਨੂੰ ਕਹਿੰਦੇ ਵੀ ਆਪਦੀ ਤੁਸੀਂ ਚਲੇ ਜਾਓ ਆਪਦੀ ਵਾਈਫ ਨੂੰ ਬੁਲਾ ਦਿਓ ਅਤੇ ਬਸ ਇੰਨੇ ਕੁਸ਼ਚਨ ਪੁੱਛੇ ਮੇਥੋਂ ਅਤੇ ਫਿਰ ਮੈਨੂੰ ਕਹਿੰਦੇ ਤੁਸੀਂ ਚਲ ਜਾਓ ਅਤੇ ਆਪਦੀ ਵਾਈਫ ਨੂੰ ਬੁਲਾ ਦਿਓ ਕਿਉਂ ਸਰ ਮੇਥੋਂ ਕੁਸ਼ਚਨ ਤਾਂ ਥੋੜ੍ਹੇ ਜਿਹੇ ਘੱਟ ਪੁੱਛੇ ਜਿੰਨੀ ਮੈਂ ਤਿਆਰੀ ਕਰਕੇ ਗਿਆ ਸੀ ਨਾ ਉਸ ਹਿਸਾਬ ਨਾਲ ਤਾਂ ਮੈਥੋਂ ਪੁੱਛ ਸਰ ਇੱਕ ਸੈਕਿੰਡ ਕਾਲ ਆ ਗਈ ਸੀ ਅਤੇ ਸਰ ਕਾਲ ਨੂੰ ਬੰਦ ਕਰ ਦਿਓ ਜਿਹੜੀ ਦੂਸਰੀ ਕਾਲ ਆ ਰਹੀ ਨਾ ਮੇਰੇ ਘਰ ਅਤੇ ਉਹਦੇ ਬਾਅਦ ਫਿਰ ਵਾਈਫ ਸਰ ਵਿੱਚ ਤੁਹਾਡੀ ਕਾਲ ਆ ਰਹੀ ਹੈ ਸ਼ਾਇਦ ਕਾਲ ਆ ਰਹੀ ਹੈ ਕਾਲ ਨੂੰ ਨਾ ਤੁਸੀਂ ਕਾਲ ਨੂੰ ਨਾ ਲਿਓ ਹੁਣ ਜ਼ਿਆਪ ਕਿਉਂਕਿ ਵਿੱਚ ਕੱਟ ਜਾਏਗਾ ਹੈਲੋ ਗੁਰਜਾਨ ਸਿੰਘ ਕਾਲ ਨੂੰ ਨਾ ਲਓ ਕਿਉਂਕਿ ਕੱਟ ਜਾਏਗਾ ਕੰਮ ਇਹ ਹੈਲੋ ਹੈਲੋ ਹਾਂ ਕੀ ਕਹਿ ਰਹੇ ਸੀ ਵੀ ਤੁਸੀਂ ਉਹ ਵਾਈਫ ਅੰਦਰ ਗਈ ਫਿਰ ਹਾਂਜੀ ਉਦੋਂ ਵਾਈਫ ਅੰਦਰ ਗਏ ਅਤੇ ਫਿਰ ਉਹਨਾਂ ਨੂੰ ਕਹਿੰਦੇ ਵੀ ਵਾਈਫ ਜਦੋਂ ਅੰਦਰ ਗਏ ਤਾਂ ਪਹਿਲਾਂ ਜਾਂਦੇ ਸਾਰੇ ਕਹਿੰਦੇ ਹਾਂਜੀ ਤੁਸੀਂ ਦੱਸੋ ਕੀ ਦੱਸਣਾ ਸੀਗਾ ਜਦੋਂ ਮੇਰੇ ਵਾਈਫ ਨੂੰ ਪਹਿਲਾਂ ਹੀ ਕਿਹਾ ਸੀਗਾ
ਵੀ ਮੇਰਾ ਮੇਥੋਂ ਮੇਰਾ ਵਿਊ ਜ਼ਰੂਰ ਲੈ ਲਿਓ। ਅਤੇ ਫਿਰ ਉਹ ਵਾਈਫ ਮੇਰੇ ਕਹਿਣ ਲੱਗ ਗਏ ਕਿ ਵੀ ਮੈਂ ਦੇਖੋ ਮੈਡਮ ਵੀ ਮੈਂ 3.5 ਸਾਲ ਸਾਡੀ ਮੈਰਿਜ ਨੂੰ ਹੋ ਗਏ, 3 ਸਾਲ 4 ਮਹੀਨੇ ਹੋ ਗਏ ਨੇ, ਅਤੇ ਬਿਨਾਂ ਹਸਬੈਂਡ ਦੇ ਸਰਵਾਈਵ ਕਰਨਾ ਤੁਹਾਨੂੰ ਵੀ ਪਤਾ, ਵੀ ਉਹ ਵੀ ਲੇਡੀ ਸੀ ਨਾ ਕੋਈ, ਤੁਹਾਨੂੰ ਵੀ ਪਤਾ ਵੀ ਕਿੱਦਾਂ ਸਰਵਾਈਵ ਕਰਨਾ ਔਖਾ। ਅਤੇ RCC ਦੇ ਰੂਲ ਦੇ ਅਕੋਰਡਿੰਗ ਮੈਨੂੰ ਦੱਸ ਦਿਓ ਮੈਡਮ, ਜੈਨੂਇਨ ਮੈਰਿਜ ਹੁੰਦੀ ਕਿੱਦਾਂ, ਅਸੀਂ ਉੱਦਾਂ ਅਪਰੂਵ ਕਰ ਦਿੰਦੇ ਹਾਂ। ਅੱਛਾ। ਅਤੇ ਉਹ ਕੁਛ ਨਹੀਂ ਬੋਲੇ, ਨਾ ਹਾਂ ਨਾ ਕੋਈ ਇੰਪ੍ਰੈਸ਼ਨ ਕੋਈ ਨਹੀਂ ਦਿੱਤਾ। ਅਤੇ ਕਹਿੰਦੇ ਵੀ ਮੈਡਮ ਵੇਖੋ ਮੈਂ ਤਾਂ ਡਿਪਰੈਸ਼ਨ 'ਚ ਵੀ ਰਹਿ ਚੁੱਕੀ ਹਾਂ, ਵੀ ਮੈਂ ਦੱਸੋ ਕੀ ਕਰਾਂ, ਮੈਂ ਤਾਂ ਦੇ ਕਨੇਡਾ ਦਾ ਡਿਸੀਜਨ ਲੈ ਕੇ ਵੀ ਮੈਨੂੰ ਲੱਗਦਾ ਮੈਂ ਕੋਈ ਗਲਤ ਡਿਸੀਜਨ ਲੈ ਲਿਆ ਕਨੇਡਾ ਆਉਣ ਦਾ, ਵੀ ਜਦੋਂ ਮੇਰੀ ਫੈਮਿਲੀ ਨਹੀਂ ਉੱਥੇ ਹੈਗੀ, ਜਿਹੜੇ ਅਸੀਂ ਗੋਲਡਨ ਪੀਰੀਅਡ ਉਹ ਵੀ ਆਪਦੇ ਅਸੀਂ ਗਵਾ ਲਏ ਆ, ਅਤੇ ਪਰ ਹੁਣ ਮੇਰੀ ਰਿਕੁਐਸਟ ਆ ਮੇਰੇ ਹਸਬੈਂਡ ਨੂੰ ਜ਼ਰੂਰ ਵੀਜ਼ਾ ਦਿੱਤਾ ਜਾਵੇ। ਅਤੇ ਬਾਕੀ ਇੱਕ ਗੱਲ ਦੀ ਕਹਿੰਦੇ ਮੈਨੂੰ ਖੁਸ਼ੀ ਵੀ ਆ ਵੀ ਚਲੋ ਅੱਗੇ ਸਾਨੂੰ ਰਿਫਿਊਜ਼ਲ ਦੇ ਰਹੇ ਸੀ, ਚਲੋ ਹੁਣ ਸਾਨੂੰ ਆਪਣੇ ਆਪਣੀ ਗੱਲ ਰੱਖਣ ਦਾ ਪ੍ਰੂਵ ਕਰਨ ਦਾ ਕੋਈ ਸਾਨੂੰ ਮੌਕਾ ਤਾਂ ਦਿੱਤਾ ਤੁਸੀਂ, ਇਸ ਗੱਲ ਦਾ ਤੁਹਾਡਾ ਥੈਂਕ ਯੂ। ਅਤੇ ਕਹਿੰਦੇ ਠੀਕ ਆ ਸਰ। ਇੱਕ ਕੁਐਸਚਨ ਹੋਰ ਪੁੱਛਿਆ ਜੀ ਸਰ, ਵੀ ਤੁਹਾਡੇ ਵਾਈਫ ਨੇ ਜਾਣਾ ਕਦੋਂ? ਅਤੇ ਮੈਂ ਆਖਿਆ ਵੀ ਮੈਡਮ ਮੇਰੇ ਵਾਈਫ ਦੇ ਜਾਣ ਦੀ ਟਿਕਟ ਨਹੀਂ ਹਜੇ ਅਸੀਂ ਕਰਾਈ ਸੀਗੀ, ਮੈਂ ਮੈਡਮ ਜਾਣ ਦੀ ਟਿਕਟ ਨਹੀਂ ਕਰਾਈ ਗਈ। ਅਤੇ ਅੱਛਾ, ਕਹਿੰਦੇ ਇੰਨਾ ਮੰਥ ਤੋਂ ਉੱਤੇ ਹੋ ਗਿਆ ਅਤੇ ਫਿਰ ਉਹ ਛੁੱਟੀਆਂ ਲੈ ਕੇ ਜੋਬ ਛੱਡ ਕੇ ਆਏ? ਮੈਂ ਨਹੀਂ ਮੈਡਮ ਜੋਬ ਨਹੀਂ ਛੱਡੀ ਗਈ, ਯਾਨੀ ਕਿ ਆਪਦੇ ਕੰਮ 'ਤੇ ਕਹਿ ਕੇ ਆਏ ਆ ਵੀ ਮੈਂ ਆਊਂਗੀ, ਪਰ ਹਜੇ ਮੇਰਾ ਹਜੇ ਕਨਫਰਮ ਨਹੀਂ ਕੀਤਾ ਸੀ ਵੀ ਕਦੋਂ ਜਾਣਾ ਸੀ। ਅੱਛਾ। ਅਤੇ ਫਿਰ ਜਦੋਂ ਮੇਰੇ ਵਾਈਫ ਐਂਟਰ ਹੋਏ ਤਾਂ ਉਹਨਾਂ ਨੂੰ ਪਹਿਲਾਂ ਇਹੀ ਗੱਲ ਪੁੱਛੀ ਉਹਨਾਂ ਨੇ ਵੀ ਤੁਸੀਂ ਜੋਬ ਛੱਡ ਕੇ ਆਏ? ਅਤੇ ਕਹਿੰਦੇ ਨਹੀਂ ਮੈਂ, ਕਿਉਂਕਿ ਸਰ ਜੋਬ ਦੇ ਸਿਰ 'ਤੇ ਤਾਂ ਆਪਾਂ ਨੂੰ ਵੀਜ਼ਾ ਮਿਲਣਾ। ਅਤੇ ਉਹ ਜਦੋਂ ਕਹਿੰਦੇ ਵੀ ਕਹਿੰਦੇ ਨਹੀਂ ਮੈਂ ਮੈਡਮ ਜੋਬ ਕਿਉਂ ਛੱਡ ਕੇ ਆਉਣੀ, ਮੈਂ ਨਹੀਂ ਜੋਬ ਛੱਡ ਕੇ ਆਈ, ਬਟ ਅਸੀਂ ਹਜੇ ਕੋਈ ਟਿਕਟ ਵਗੈਰਾ ਲਈ ਨਹੀਂ। ਅਤੇ ਠੀਕ ਆ ਬਸ, ਫਿਰ ਇਸ ਤੋਂ ਬਾਅਦ ਫਿਰ ਮੇਰੇ ਵਾਈਫ ਆਪਦੇ ਗੱਲ ਜੋ ਉਹਨਾਂ ਰੱਖਣੀ ਉਹ ਕਹਿਣ ਲੱਗ ਗਏ। ਅਤੇ ਫਿਰ ਜਦੋਂ ਉਹਨਾਂ ਨੇ ਕਿਹਾ ਵੀ ਦੱਸੋ ਮੈਡਮ ਸਹੀ ਕਿਵੇਂ ਪ੍ਰੂਵ ਕਰੀਏ ਆਪਦੀ ਮੈਰਿਜ, ਤੁਸੀਂ ਦੱਸੋ। ਅਤੇ ਫਿਰ ਮੈਡਮ ਕੁਛ ਨਹੀਂ ਅੱਗੋਂ ਬੋਲੇ, ਵੀ ਕੋਈ ਪ੍ਰੈਸ਼ਰ ਨਹੀਂ ਦਿੱਤਾ ਅੱਗੋਂ, ਵੀ ਚੁੱਪ ਜਿਹੀ ਹੋ ਗਏ ਕਰੀ ਜਿਵੇਂ ਮੇਰੇ ਵਾਈਫ ਦੱਸਦੇ ਨੇ। ਅਤੇ ਜਾਣੀ ਕਿ ਗੱਲਾਂ ਕਰਦੇ ਕਰਦੇ ਵੀ ਦੱਸਦੇ ਮੇਰੀ ਅੱਖਾਂ 'ਚੋਂ ਪਾਣੀ ਵੀ ਆ ਗਿਆ ਸੀ ਮੇਰੇ ਵਾਈਫ ਦੇ। ਅੱਛਾ। ਆਹੋ। ਅਤੇ ਫਿਰ ਦੂਜਾ ਬਸ ਇੰਨਾ ਹੀ ਪੁੱਛਿਆ ਉਹਨਾਂ ਨੇ, ਬਾਅਦ ਵਿੱਚ ਕਹਿੰਦੇ ਆਪਦੇ ਹਸਬੈਂਡ ਨੂੰ ਬੁਲਾ ਲਓ। ਅਤੇ ਫਿਰ ਮੈਂ ਵੀ ਅੰਦਰ ਜਾ ਕੇ ਬਹਿ ਗਿਆ, ਇੱਕ ਚੇਅਰ 'ਤੇ ਉਹ ਬਹਿ ਗਏ, ਇੱਕ ਚੇਅਰ 'ਤੇ ਮੈਂ ਬਹਿ ਗਿਆ। ਅਤੇ ਫਿਰ ਕਹਿੰਦੇ ਵੀ ਵੀ ਸਾਡਾ ਸਿਸਟਮ 'ਚ ਥੋੜ੍ਹੀ ਪ੍ਰੋਬਲਮ ਹੈ, ਅਤੇ ਜਦੋਂ ਵੀ ਸਾਡਾ ਜੋ ਵੀ ਡਿਸੀਜਨ ਹੋਊਗਾ ਅਤੇ ਮੇਲ ਕਰ ਦਾਂਗੇ। ਅਤੇ ਵਾਈਫ ਮੇਰੇ ਕਹਿੰਦੇ ਵੀ ਨਹੀਂ ਮੈਡਮ ਇੱਦਾਂ ਨਹੀਂ, ਦੱਸੋ ਸਾਨੂੰ, ਇੰਨਾ ਟਾਈਮ ਤੋਂ ਅਸੀਂ ਵੇਟ ਕਰ ਰਹੇ ਹਾਂ। ਅਤੇ ਫਿਰ ਉਹਨਾਂ ਨੇ ਕਿਹਾ ਵੀ ਹਾਂ ਵੀ ਤੁਹਾਡਾ ਮੈਡੀਕਲ ਕਿੱਦਾਂ, ਮੈਡੀਕਲ ਸਾਹਿਬ ਮੈਥੋਂ ਹੀ ਪੁੱਛ ਲਿਆ ਸੀਗਾ, ਵਾਈਫ ਤੋਂ ਪਹਿਲਾਂ ਹੀ ਪੁੱਛ ਲਿਆ ਸੀ ਮੈਥੋਂ ਵੀ ਤੁਹਾਡਾ ਮੈਡੀਕਲ ਅਪਡੇਟ ਆ। ਮੈਂ ਹਾਂਜੀ ਮੈਡਮ 2 ਅਗਸਤ ਨੂੰ ਸਾਡਾ ਮੈਡੀਕਲ 2021 ਵਿੱਚ ਹੋਇਆ ਸੀਗਾ ਇੱਥੋਂ, ਅਤੇ ਉਹ ਆਲਰੇਡੀ ਅੰਬੈਸੀ ਨੇ ਵੀ ਡਨ ਹੋ ਗਿਆ, ਅਤੇ ਵੀ ਪਹਿਲਾਂ ਹੀ ਅਪਰੂਵ ਕਰ ਲਿਆ ਸੀਗਾ, ਯਾਨੀ ਕਿ ਇੰਟਰਵਿਊ ਤੋਂ ਪਹਿਲਾਂ ਹੀ ਸਾਡਾ ਅਪਡੇਟ ਹੋ ਗਿਆ ਸੀ ਉੱਥੇ ਅੰਬੈਸੀ ਵਿੱਚ ਮੈਡੀਕਲ। ਅਤੇ ਕਹਿੰਦੇ ਵੀ ਮੇਰੇ ਸਿਸਟਮ 'ਚ ਪ੍ਰੋਬਲਮ ਹੈ ਅਤੇ ਮੈਂ ਚੈੱਕ ਕਰ ਲਾਂਗੇ। ਅਤੇ ਵੀ ਜਾਣੀ ਕਿ ਆਉਣ ਲੱਗਿਆਂ ਫਿਰ ਉਹਨਾਂ ਨੇ ਪੁੱਛ ਲਿਆ ਵੀ ਤੁਹਾਡਾ ਮੈਡੀਕਲ ਅਪਡੇਟ ਆ? ਮੈਂ ਹਾਂਜੀ ਅਪਡੇਟ ਆ, ਵੀ ਇੱਥੋਂ ਹਿੰਟ ਜਿਹਾ ਦੇ ਤਾ। ਅਤੇ ਉਹ ਵਾਈਫ ਮੇਰੇ ਬੜਾ ਹੀ ਕਰਨ ਲੱਗ ਕੇ, ਨਹੀਂ ਮੈਡਮ ਪਲੀਜ਼ ਰਿਕੁਐਸਟ ਆ ਮੇਰੀ, ਕੁਛ ਤਾਂ ਦੱਸੋ ਸਾਨੂੰ, ਅਸੀਂ ਖੁਸ਼ੀ ਖੁਸ਼ੀ ਜਾਈਏ ਕਿਵੇਂ ਜਾਈਏ। ਅਤੇ ਫਿਰ ਉਹਨਾਂ ਨੇ ਥੋੜ੍ਹੀ ਜਿਹੀ ਜਾਣੀ ਖਾਸ ਇੰਪ੍ਰੈਸ਼ਨ ਨਹੀਂ ਦਿੱਤਾ ਕੋਈ, ਮਾੜੀ ਜਿਹੀ ਨਿੱਕੀ ਜਿਹੀ ਸਮਾਈਲ ਦੇ ਤੀ, ਫਿਰ ਉੱਥੋਂ ਸਾਨੂੰ ਹੋ ਗਿਆ ਵੀ ਹਾਂ ਵੀ ਬਣ ਗਿਆ, ਸਾਡੇ ਹੱਕ 'ਚ ਆਊਗਾ। ਅਤੇ ਬਾਅਦ ਵਿੱਚ ਦੂਸਰੇ ਤੀਜੇ ਦਿਨ ਮੇਲ ਆਈ ਜੀ। ਤੁਸੀਂ ਜੋ ਪ੍ਰੈਕਟਿਸ ਕਰਕੇ ਗਏ, ਜੋ ਤਿਆਰੀ ਕਰਕੇ ਗਏ, ਤਿਆਰੀ ਕਿਸ ਤਰ੍ਹਾਂ ਕਰਕੇ ਗਏ ਉਹਦੇ ਬਾਰੇ ਦੱਸੋ, ਕਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਪ੍ਰਿਪੇਅਰ ਕੀਤਾ ਹੈ ਕਿ ਵੀ ਕਿਹੜੇ ਕਿਹੜੇ ਕੁਐਸਚਨਸ ਆਉਣੇ ਆ, ਕਿਸ ਤਰ੍ਹਾਂ ਦਾ ਜਵਾਬ ਦੀ ਕੋਈ ਕੋਚਿੰਗ ਪ੍ਰੈਕਟਿਸ ਉਹਦੇ ਬਾਰੇ ਕੀ ਹੈ? ਕੋਚਿੰਗ ਸਰ ਸੁਖਮਨ ਭਾਅ ਜੀ ਨੇ ਦਿੱਤੀ ਆ,
ਤੇ ਜਾਨੀ ਕਿ ਇਸ ਤਰ੍ਹਾਂ ਕੋਚਿੰਗ ਦਿੱਤੀ ਹੈ ਜਿਵੇਂ ਭਰਾ ਨਹੀਂ ਇੱਕ ਦੂਜੇ ਨੂੰ ਸਮਝਾਉਂਦਾ ਹੁੰਦਾ ਵੀ ਕੋਈ ਲਾਇਰ ਵਾਲੀ ਕੋਈ ਗੱਲਬਾਤ ਏਦਾਂ ਹੈ ਨਹੀਂ ਜਿਵੇਂ ਫੈਮਿਲੀ ਮੈਂਬਰ ਹੀ ਕਹਿ ਸਕਦੇ ਹਾਂ ਆਪਾਂ ਵੀ ਜਿਵੇਂ ਫੈਮਿਲੀ ਇੱਕ ਦੂਜੇ ਨੂੰ ਸਮਝਾਉਣਾ ਵੀ ਆ ਐ ਨੀ ਆਏ ਆ ਪ੍ਰੋਪਰ ਤੇ ਕੱਲੀ ਕੱਲੀ ਗੱਲ ਸਰ ਨੇ ਨੋਟ ਕਰਕੇ ਕੱਲੀ ਕੱਲੀ ਗੱਲ ਸਮਝਾਈ ਸਾਨੂੰ ਜਿੱਥੇ ਵੀ ਉਹਨਾਂ ਡਾਊਟ ਲੱਗਦਾ ਸੀ ਉੱਥੇ ਟੋਕ ਦਿੰਦੇ ਸੀ ਆਹ ਗੱਲ ਆਪਾਂ ਐਂ ਨਹੀਂ ਐਂ ਕਹਿਣੀ ਆ ਉਹੀ ਤਾਂ ਸਰ ਮੈਂ ਜਿੰਨੀ ਤਿਆਰੀ ਸਰ ਨੇ ਕਰਾਈ ਨਾ ਮੈਨੂੰ ਇੰਨਾ ਕੋਨਫੀਡੈਂਸ ਸੀ ਨਾ ਮੈਂ ਸਾਰੀ ਤੁਹਾਡੀ ਇੰਟਰਵਿਊ ਲਈ ਜਾਣ ਪਰ ਕੋਈ ਚੱਕਰ ਨਹੀਂ ਇੱਥੋਂ ਤੱਕ ਜਿਹੜੇ ਉੱਥੇ ਅੰਬੈਸੀ ਤੇ ਬਾਹਰ ਬੈਠੇ ਸੀ ਨਾ ਤੇ ਉਹ ਟੈਂਸ਼ਨ ਲਈ ਜਾਣ ਤੇ ਐਂ ਕਰੀ ਜਾਣ ਤੇ ਅਸੀਂ ਦੋਵੇਂ ਜਾਣੇ ਫੋਟੋਆਂ ਖਿੱਚਣ ਲੱਗੇ ਅੰਬੈਸੀ ਦੇ ਬਾਹਰ ਹੀ ਉੱਥੇ ਸੋਚ ਗਿਆ ਸਾਰਾ ਵੀ ਸਾਨੂੰ ਕੋਈ ਟੈਂਸ਼ਨ ਨਹੀਂ ਹੈਗੀ ਯਾਨੀ ਕਿ ਆਪਦੇ ਵੱਲੋਂ ਸਾਨੂੰ ਪ੍ਰੋਪਰ ਸੀਗਾ ਵੀ ਹਾਂ ਸਾਡਾ ਐਤਕੀ ਹੋ ਜਾਣਾ ਭਾਵੇਂ ਜੋ ਮਰਜ਼ੀ ਹੋਵੇ ਕਿਉਂਕਿ ਤਿਆਰੀ ਬਹੁਤ ਕੀਤੀ ਹੋਈ ਸੀ ਅੱਛਾ ਤੇ ਆਪਣਾ ਤੁਸੀਂ ਤੁਸੀਂ ਅੰਬੈਸੀ ਦੇ ਸਾਹਮਣੇ ਫੋਟੋਆਂ ਖਿੱਚ ਜਾਂਦੇ ਲੋਕੀ ਸੋਚਦੇ ਨੇ ਕਿ ਵੀ ਇਹ ਤਾਂ ਇੰਟਰਵਿਊ ਦੇ ਕੇ ਆਇਆ ਹੁਣ ਤੇ ਇਹਨੇ ਖੁਸ਼ੀਆਂ ਪਹਿਲਾਂ ਹੀ ਇਹਨਾਂ ਦੇ ਸ਼ਕਲ ਤੇ ਆ ਗਈ ਇਹ ਜਾਣਾ ਸੀ ਤੇ ਸਾਡਾ ਆਪਰੇਟਰ ਇੰਟਰਪ੍ਰੇਟਰ ਸੀ ਉਹ ਜਾਨੀ ਕਿ 9 ਵਜੇ ਹੀ ਇਹੀ ਚਲੇ ਗਈ ਉੱਥੇ ਤੇ 9:30 ਵਜੇ ਆਇਆ ਤੇ ਉਦੋਂ ਹੀ ਐਂਟਰ ਹੋਏ ਤੇ ਫਿਰ ਅੱਧਾ ਘੰਟਾ ਹੀ ਇਹੀ ਕੁਛ ਕਰਦੇ ਰਹੇ ਉੱਤੇ ਤੇ ਆਪਣਾ ਕਿੰਨੇ ਸੈਸ਼ਨ ਲਾਏ ਤੁਸੀਂ ਮਤਲਬ ਪ੍ਰੈਕਟਿਸ ਲਈ ਕਿੰਨੇ 2-3-4 ਕਿੰਨੇ ਸੈਸ਼ਨ ਲਾਏ ਤੁਸੀਂ ਪ੍ਰੈਕਟਿਸ ਲਈ ਹਾਂਜੀ ਸਰ ਸੈਸ਼ਨ ਤਾਂ 3 ਕੁ ਲਾਏ ਆ ਤੇ ਚੌਥਾ ਕਰਨੇ ਸਾਨੂੰ ਕਿਹਾ ਸੀ ਵੀ ਜੇ ਲੋੜ ਪਈ ਤੇ ਤੁਸੀਂ ਮੈਨੂੰ ਕਾਲ ਕਰ ਲੈਣੀ ਆ ਵੀ ਜਾਨੀ ਕਿ ਜਿੱਦਣ ਇੰਟਰਵਿਊ ਸੀ ਸਾਡਾ ਨਾ ਤੇ ਉਦਣ ਵੀ ਕਹਿੰਦੇ ਸੀ ਵੀ ਤੁਸੀਂ ਮੈਨੂੰ ਤੜਕੇ ਕਾਲ ਕਰ ਲਿਓ ਤੇ ਪਰ ਲੋੜ ਹੀ ਨਹੀਂ ਪਈ ਜਾਨੀ ਕਿ ਫੁੱਲ ਹੀ ਸੀ ਸਾਰਾ ਕੁਛ ਕੰਮ ਆਉਂਦਾ ਹੀ ਸਾਰਾ ਕੁਛ ਫਿਰ ਕੀਤੀ ਨਹੀਂ ਪਰ ਇੰਨਾ ਵੀ ਜਦੋਂ ਅੰਬੈਸੀ ਦੇ ਬਾਹਰ ਬੈਠੇ ਸੀ ਫਿਰ ਉਦੋਂ ਮੈਂ ਸਾਨੂੰ ਕਾਲ ਕਰਤੀ ਵੀ ਇਸ ਤਰ੍ਹਾਂ ਸਰ ਇੰਟਰਵਿਊ ਤੇ ਹੀ ਪਹੁੰਚ ਗਏ ਹਾਂ ਫਿਰ ਸਰ ਨੇ ਕਿਹਾ ਬੈਸਟ ਆਫ ਲੱਕ ਤੇ ਸੱਚ ਇੱਕ ਜਦੋਂ ਅਸੀਂ ਐਂਟਰ ਹੋਏ ਨਾ ਅੰਬੈਸੀ ਦੇ ਬਾਹਰ ਅਸੀਂ ਬੈਠੇ ਹੀ 9 ਵਜੇ ਜਾ ਕੇ ਅਸੀਂ ਤੇ ਕੁੜੀ ਆਈ ਉਹਨਾਂ ਦੀ ਸਪਾਊਸ ਸੀ ਗੁਜਰਾਤ ਵੱਲ ਦੀ ਸੀਗੀ ਉਹ ਤੇ ਉਹਨੂੰ ਸਰ ਨਾਲ ਦੀ ਨਾਲ ਹੀ ਮੇਲ ਆ ਗਈ ਬਾਹਰ ਆਈ ਉਹ ਤੇ ਨਾਲ ਦੀ ਨਾਲ ਹੀ ਉਹਨੂੰ ਮੇਲ ਆ ਗਈ ਤੁਹਾਡਾ ਇੰਪਰੂਵ ਹੋ ਗਿਆ ਜੀ ਜੀ ਅਸੀਂ ਗੁਜਰਾਤ ਤੋਂ ਸੀ ਹਾਂਜੀ ਉਹ ਗੁਜਰਾਤ ਤੋਂ ਤੇ ਉਹਨਾਂ ਦਾ ਜਿਹੜਾ ਜਿਨ੍ਹਾਂ ਨੇ ਦੂਜਾ ਉਹਨਾਂ ਦਾ ਲਿਆ ਇੰਟਰਵਿਊ ਉਹ ਵੀ ਗੁਜਰਾਤ ਤੋਂ ਹੀ ਸੀਗਾ ਪਰ ਸਾਡਾ ਉਹ ਅੱਛਾ ਹਾਂਜੀ ਉਹ ਆਪਦੇ ਫਾਦਰ ਇਨ ਲਾਣ ਆਈ ਸੀ ਆਪਦੇ 16 ਸਾਲ ਨਾਲ ਪੁਰਾਣੀ ਜਿਹੜੀ ਐਪਲੀਕੇਸ਼ਨ ਜਿਹੜੇ 4 ਵਾਰ ਤੁਸੀਂ ਸਪਾਊਸ ਵੀਜ਼ਾ ਜਿਹੜੇ ਰਿਫਿਊਜ਼ ਹੋਇਆ ਉਹਦੇ ਵਿੱਚ ਕਿਹੜੀ ਕਿਹੜੀ ਗਲਤੀਆਂ ਤੁਹਾਨੂੰ ਪਤਾ ਲੱਗੀ ਸੀ ਕੀ ਕੁਛ ਹੋਇਆ ਸੀ ਉਹ ਕਦੋਂ ਲਈ ਉਹ ਰਿਫਿਊਜ਼ ਹੋ ਗਈ 4 ਐਪਲੀਕੇਸ਼ਨ ਹਾਂਜੀ ਸਰ ਪਹਿਲੀ ਰਿਫਿਊਜ਼ ਤਾਂ ਸਾਡੀ ਇਸ ਗੱਲ ਤੋਂ ਇਹ ਵੀ ਜਿਹੜਾ ਸਾਡਾ ਏਜੰਟ ਆ ਨਾ ਉਹ ਐਕਸਪਲੇਨ ਨਹੀਂ ਕਰ ਸਕਿਆ ਯਾਨੀ ਕਿ ਉਹਨਾਂ ਨੇ ਕਿਹਾ ਵੀ ਤੁਹਾਡੇ ਫੰਡ ਜ਼ਿਆਦਾ ਪਏ ਹੋਏ ਅਕਾਊਂਟ ਦੇ ਵਿੱਚ ਅੱਛਾ ਤੇ ਹੁਣ ਏਜੰਟ ਦਾ ਹੀ ਫਰਕ ਹੁੰਦਾ ਵੀ ਉਹਨਾਂ ਨੇ ਆਪਾਂ ਐਕਸਪਲੇਨ ਕਰਨਾ ਹੁੰਦਾ ਵੀ ਹਾਂ ਵੀ ਤੁਹਾਡੇ ਇਹਨਾਂ ਦਾ ਐਗਰੀਕਲਚਰ ਆ ਤੇ ਤਾਂ ਕਰਕੇ ਫੰਡ 6 ਮੰਥ ਬਾਅਦ ਦੇ ਇਕੱਠੀ ਟ੍ਰਾਂਜੈਕਸ਼ਨ ਹੋਣੀ ਹੁੰਦੀ ਆ ਉਹਨਾਂ ਨੇ ਇਹ ਦਿੱਤਾ ਜੀ ਨੋਟਸ ਵੀ ਸਾਨੂੰ ਇਹਦੀ ਐਕਸਪਲੇਨੇਸ਼ਨ ਨਹੀਂ ਜਾਣੀ ਕਿ ਮਿਲੇਗੀ ਵੀ ਜਿਹੜੇ ਤੁਹਾਡੇ ਫੰਡ ਨੇ ਤੇ ਸੈਕਿੰਡ ਰਿਫਿਊਜ਼ ਸਾਡਾ ਇਸ ਕਰਕੇ ਹੋਇਆ ਸਰ ਵੀ ਕਹਿੰਦੇ ਵੀ ਤੁਹਾਡੀ ਮੈਰਿਜ ਜਾਣੀ ਕਿ ਰਸ਼ 'ਚ ਹੋਈ ਹੈ ਠੀਕ ਹੈ ਅੱਛਾ ਤੀਸਰੀ ਐਪਲੀਕੇਸ਼ਨ ਕੀ ਹੋਇਆ ਤੀਜੀ ਵਿੱਚ ਇਹੀ ਸਰ ਵੀ ਤੁਹਾਡੇ ਰਸ਼ 'ਚ ਹੋਈ ਹੈ ਅਤੇ ਸਾਨੂੰ ਐਵੀਡੈਂਸ ਨਹੀਂ ਮਿਲ ਰਹੇ ਗੇ ਕਿਉਂਕਿ ਸਰ ਮੈਂ ਤੀਜੀ ਫਾਈਲ ਮੈਂ ਆਪ ਚੈੱਕ ਕੀਤੀ ਆ ਅਤੇ ਦੋਵਾਂ ਵਿੱਚ ਹੀ ਹੋਇਆ ਤੀਜੀ ਵਿੱਚ ਵੀ ਹੋਇਆ ਅਤੇ ਚੌਥੀ ਵਿੱਚ ਵੀ ਹੋਇਆ ਅਤੇ ਤੀਜੀ ਵਿੱਚ ਵੀ ਉਹਨਾਂ ਨੇ ਜਿਵੇਂ ਫੋਟੋਆਂ ਮੈਂ ਤਾਂ ਬਹੁਤ ਡਾਟਾ ਸੀ ਮੇਰੇ ਕੋਲ ਅਤੇ ਮੈਂ ਬਹੁਤ ਡਾਟਾ ਸੈਂਡ ਕੀਤਾ ਪਰ ਉਹ ਚੰਗੀ ਉਹਨਾਂ ਨੇ ਲਾਇਆ ਹੀ ਨਹੀਂ ਅੱਗੇ ਵੀ ਜਾਣੀ ਕਿ ਇੱਕ ਫੋਟੋ 3-3 ਵਾਰੀ ਲਾਤੀਆਂ ਵੇਖੋ ਕਿੱਡੀ ਏਜੰਟ ਨੇ ਅੱਛਾ ਇੱਕ ਫੋਟੋ 3-3 ਵਾਰੀ ਲਾਤੀਆਂ ਜੀ ਅੱਛਾ ਹਾਂਜੀ ਤੇ ਚੌਥੀ ਐਪਲੀਕੇਸ਼ਨ ਕੀ ਹੋਇਆ ਚੌਥੀ ਐਪਲੀਕੇਸ਼ਨ ਵਿੱਚ ਸਰ ਉਹਨਾਂ ਨੇ ਕਿਹਾ ਵੀ ਤੁਹਾਡੇ ਵਾਈਫ ਦੀ ਸਟੱਡੀ ਡਨ ਹੋ ਗਈ ਅੱਛਾ ਹਾਂਜੀ ਤੇ ਫੋਟੋਆਂ ਦਾ ਵੀ ਥੋੜਾ ਜਿਹਾ ਚੱਕਰ ਹੈਗਾ ਸੀਗਾ ਘੱਟ ਲੱਗੀਆਂ ਸੀ ਠੀਕ ਹੈ ਅਮਰੀਕਾ ਦੀ ਐਪਲੀਕੇਸ਼ਨ ਵਿੱਚ ਕੀ ਸੀਗਾ ਅਮਰੀਕਾ ਕਿਉਂ ਜਾ ਰਹੇ ਸੀ ਅਮਰੀਕਾ ਸਰ ਮੈਂ ਮੇਰੇ ਸਿਸਟਰ ਨੇ ਅਮਰੀਕਾ ਉੱਥੇ ਸਿਸਟਰ ਹੈ ਅਮਰੀਕਾ ਅੱਛਾ ਹਾਂਜੀ ਤੇ ਉਹਨਾਂ ਤੋਂ ਉਹਨਾਂ ਵੱਲੋਂ ਯਾਨੀ ਕਿ ਸਿਸਟਰ ਦੀ ਉਦੋਂ ਡਿਲੀਵਰੀ ਟਾਈਮ ਸੀ ਡਿਲੀਵਰੀ ਟਾਈਮ ਨਹੀਂ ਸੋਰੀ ਉਦੋਂ ਥੋੜ੍ਹੇ ਬਿਮਾਰ ਸੀਗੇ ਨੇ ਉਹ ਅਤੇ ਉਦੋਂ ਮੈਂ ਸੀਗਾ ਅਪਲਾਈ ਮੈਂ ਇਕੱਲਾ ਕਰ ਬੈਠਾ ਜਾਂ ਤਾਂ ਸਾਰੀ ਫੈਮਿਲੀ ਕਰਦੇ ਅਤੇ ਉਦੋਂ ਵੀ ਮੇਰਾ ਇੰਟਰਵਿਊ ਹੋਇਆ ਸੀ ਉੱਥੇ ਅਤੇ ਪਰ ਉਦੋਂ ਹੀ ਉਹਨਾਂ ਨੇ ਸੋਰੀ ਕਹਿ ਤਾ ਸੀ
ਤੁਸੀਂ ਅਮਰੀਕਨ ਤੁਸੀਂ ਅਮਰੀਕਨ ਐਮਬੈਸੀ ਦਾ ਵੀ ਇੰਟਰਵਿਊ ਦੇ ਚੁੱਕੇ ਹੋ ਤੇ ਕੈਨੇਡਾ ਦਾ ਵੀ ਦੇ ਚੁੱਕੇ ਹੋ, ਦੋਨਾਂ 'ਚ ਫਰਕ ਕੀ ਲੱਗਿਆ? ਇਹ ਫਰਕ ਆ ਸਰ, ਉੱਥੇ ਅਮਰੀਕਾ ਇਹਦੇ ਵਿੱਚ ਅੱਗੇ ਸ਼ੀਸ਼ੇ ਦੇ ਅੱਗੇ ਖੜ ਕੇ ਹੀ ਦੇਣਾ ਪੈਂਦਾ, ਵੀ ਬੈਠੇ ਪਤਾ ਨਹੀਂ ਸ਼ਾਇਦ ਹੋ ਗਿਆ ਹੋਵੇ, ਪਰ ਉਹ ਖੜ ਕੇ ਹੀ ਦੇਣਾ ਪੈਂਦਾ ਬਸ। ਤੇ ਇੱਥੇ ਆਪਦਾ ਤੁਸੀਂ ਕੈਬਨ ਬਣੇ ਆਰਾਮ ਨਾਲ ਬਹਿ ਕੇ ਦੇ ਸਕਦੇ ਹੋ ਤੁਸੀਂ, ਤੇ ਬਾਕੀ ਉਹ ਇੰਨਾ ਟਾਈਮ ਲਾਉਂਦੇ ਹੀ ਨਹੀਂ ਅਮਰੀਕਾ ਵਾਲੇ ਤਾਂ, ਬਸ ਔਨ ਦੀ ਸਪੋਰਟ ਦੋ ਤਿੰਨ ਕੁਐਸਚਨ ਪੁੱਛਣੇ ਉਹਨਾਂ ਨੇ ਬਸ। ਅਮਰੀਕਾ ਵਾਲੇ ਨੇ ਕੀ, ਅਮਰੀਕਾ ਵਾਲੇ ਨੇ ਕਿਹੜੇ ਸਵਾਲ ਪੁੱਛੇ ਤੁਹਾਨੂੰ? ਅਮਰੀਕਾ ਵਾਲਿਆਂ ਨੇ ਪੁੱਛੇ ਵੀ ਦੂਜਾ ਤੁਹਾਡੇ ਬ੍ਰਦਰ ਇਨ ਲਾਅ ਕੀ ਕੰਮ ਕਰਦੇ ਆ? ਜਦੋਂ ਮੈਂ ਕਿਹਾ ਉਹਨਾਂ ਨੂੰ ਵੀ ਟਰੱਕ ਡਰਾਈਵਰ ਨੇ, ਤੇ ਉਦੋਂ ਹੀ ਬਸ ਉਹਨਾਂ ਨੂੰ ਥੋੜਾ ਜਿਹਾ ਡਾਊਟ ਹੋ ਗਿਆ ਵੀ ਹਾਂ ਵੀ ਦੋ ਤਿੰਨ ਕੁਐਸਚਨ ਪੁੱਛੇ ਕਿਸ ਲਈ ਜਾ ਰਹੇ ਆ। ਮੈਂ ਵੀ ਇਸ ਤਰ੍ਹਾਂ ਮੇਰੇ ਸਿਸਟਰ ਬਿਮਾਰ ਨੇ ਤੇ ਮੈਂ ਤਾਂ ਜਾ, ਮੈਡੀਕਲ ਰਿਪੋਰਟਾਂ ਸਾਰਾ ਕੁਛ ਲੱਗਿਆ ਹੋਇਆ ਸੀਗਾ। ਅੱਛਾ, ਹਾਂਜੀ, ਤੇ ਬਸ ਦੋ ਤਿੰਨ ਕੁਐਸਚਨ ਪੁੱਛੇ ਤੇ ਕਹਿੰਦੇ ਸੌਰੀ, ਤੇ ਮੈਂ ਕਰਨ ਆ ਗਿਆ ਜੀ। ਠੀਕ ਠੀਕ ਹੈ, ਠੀਕ ਹੈ, ਚਲੋ। ਬਹੁਤ ਬਹੁਤ ਲੰਬਾ ਤੁਸੀਂ ਪਿੰਡਾ ਕਵਰ ਕੀਤਾ ਹੈ, ਤੁਸੀਂ 4 ਵਾਰ ਕੈਨੇਡਾ, 1 ਵਾਰ ਅਮਰੀਕਾ, ਅਤੇ ਇਹ ਮਤਲਬ ਇਹ ਹੁਣ ਜਾ ਕੇ ਕਿਤੇ ਨਸੀਬ ਹੋਇਆ ਕਿ ਵੀ ਹਾਂ ਵੀਜ਼ਾ ਕੈਨੇਡਾ ਦਾ ਮਿਲ ਰਿਹਾ, ਮਿਲ ਜਾਏਗਾ, ਅਤੇ ਹੁਣ ਜਾ ਰਹੇ ਹੋ ਤੁਸੀਂ। ਬਹੁਤ ਵਧੀਆ, ਕਾਫੀ ਪ੍ਰੋਗਰੈਸ ਹੈ, ਕਾਫੀ ਮਿਹਨਤ ਹੈ ਤੁਹਾਡੀ, ਕਾਫੀ ਸਟਰਗਲ ਹੈ। ਅਤੇ ਵੀਜ਼ਾ ਲੈ ਕੇ ਹੁਣ ਇਕੱਠੇ ਜਾਓਗੇ, ਵਾਈਫ ਹਸਬੈਂਡ ਇਕੱਠੇ ਜਾਓਗੇ ਫਿਰ ਤਾਂ ਹੁਣ ਤਾਂ? ਹਾਂਜੀ, ਕੋਸ਼ਿਸ਼ ਤਾਂ ਇੱਦਾਂ ਹੀ ਹੈ ਸਰ ਵੀ ਇਕੱਠੇ ਜਾਈਏ, ਕਿਉਂਕਿ ਟਿਕਟ ਕਰਾਈ ਉਹਨਾਂ ਨੇ ਉਦੋਂ ਦੀ, ਉਹਦੇ ਕਰਾਈ ਨਹੀਂ ਇਸੇ ਕਰਕੇ। ਟਿਕਟਾਂ ਬਹੁਤ ਮਹਿੰਗੀ ਪਈ ਇਸ ਵਕਤ। ਮੈਂ ਤਾਂ ਆਖਿਆ ਚੱਲ ਚਲੇ ਜਾਓ, ਮੈਂ ਆ ਜਾਂਦਾ ਵਾ, ਚਲੇ ਜਾਓ ਤੁਸੀਂ ਤੇ ਮੈਂ ਆ ਜਾਂਦਾ, ਮਗਰ ਆਹਦੇ ਨਹੀਂ ਜਾਣਾ, ਨਹੀਂ ਜਾਣਾ ਜੀ ਜੀ ਜੀ। ਹੁਣ ਹੁਣ ਤੇ ਮੌਕਾ ਆਇਆ ਹੈ ਮੈਰਿਜ ਸੈਲੀਬ੍ਰੇਟ ਕਰਨ ਦਾ ਹੁਣ। ਹਾਂਜੀ ਹਾਂਜੀ, ਟਿਕਟਾਂ ਵੈਸੇ ਬਹੁਤ, ਟਿਕਟਾਂ ਵੈਸੇ ਬਹੁਤ ਮਹਿੰਗੀ ਹੈ ਇਸ ਵਕਤ। ਹਾਂਜੀ, 1,35,000 ਦੀ ਹੈ ਜੀ। ਮੇਰੇ ਖਿਆਲ ਹੈ ਕਿ 1.5-1.5 ਲੱਖ ਦੀ ਇਕੱਲੀ ਟਿਕਟ ਆਏਗੀ, 1.5 ਲੱਖ ਦੀ। ਹਾਂਜੀ ਹਾਂਜੀ, ਇੱਦਾਂ ਹੀ ਹੈ, ਪਰ 1,00,000 ਦੀ, 35,000 ਦੀ ਉਹ ਉਹਨਾਂ ਨੇ ਦੱਸੀ ਆ ਵੀ ਜੇ ਆਪਾਂ ਥੋੜ੍ਹੀ ਲੇਟ ਕਰਾਉਂਦੇ ਹਾਂ ਉਹਗੇ ਇੰਨੇ ਦੀ, 1.5 ਲੱਖ ਦੇ ਮੀਟਰ। ਬਾਕੀ ਜਦੋਂ ਮੈਂ ਕਰੋਨਾ ਟਾਈਮ ਆਪਦੀ ਵਾਈਫ ਨੂੰ ਭੇਜਿਆ ਸੀਗਾ ਜੀ, ਉਦੋਂ ਵੀ ਮੈਂ 1.5 ਲੱਖ ਲੈ ਕੇ ਭੇਜਿਆ ਸੀ। ਦੇਖੋ ਬੜਾ ਪੈਸਾ ਲੱਗ ਰਿਹਾ ਵੀ ਹੈ ਜਾਣ ਨੂੰ ਕੈਨੇਡਾ, ਜਾਣ ਨੂੰ ਕੈਨੇਡਾ ਸੈਟਲ ਹੋਣ ਲਈ ਵੀਜ਼ਾ ਐਪਲੀਕੇਸ਼ਨ ਫਲਾਨਾ, ਕਿੰਨਾ ਪੈਸਾ ਖਰਚ ਹੋ ਰਿਹਾ। ਕਈ ਵਾਰ ਮੈਂ ਸੋਚਦਾ ਕਿ ਪੰਜਾਬ ਦਾ ਇੰਨਾ ਖਜ਼ਾਨਾ ਜਿਹੜਾ ਨਾ ਕੈਨੇਡਾ ਨੂੰ ਟ੍ਰਾਂਸਫਰ ਹੋ ਰਿਹਾ ਹੈ, ਇੰਨਾ ਖਜ਼ਾਨਾ ਅਗਰ ਇੱਥੇ ਆਉਂਦਾ ਤਾਂ ਪੰਜਾਬ ਸਰਕਾਰ ਦਾ ਡੈਫੀਸਿਟ ਪੂਰਾ ਹੋ ਜਾਣਾ ਸੀ। ਸਹੀ ਗੱਲ ਹੈ ਸਰ, ਉਹ ਫਿਰ ਆਪਣੇ ਸਰਕਾਰਾਂ ਇੱਥੇ ਨਹੀਂ ਨਾ ਹੈਗੀਆਂ, ਇੰਨੀਆਂ ਸਰਕਾਰਾਂ ਦੇ ਦੁੱਖ ਹੀ ਬਾਹਰ ਜਾਣ ਡੇ, ਨਹੀਂ ਤਾਂ ਕੌਣ ਇੱਥੋਂ ਬਾਹਰ ਜਾਊਗਾ? ਜੀ ਜੀ, ਹੈ ਤਾਂ ਸਭ ਕੁਛ ਇੱਥੇ ਜੀ। ਜਿਹੜੇ ਲੋਕ ਗੁਰਦਿਆਨ, ਜਿਹੜੇ ਲੋਕ ਹੁਣ ਜਿਹਨਾਂ ਦੀ ਇੰਟਰਵਿਊ ਆਈ ਹੈ, ਲੈਟਰ ਆ ਚੁੱਕੀ ਹੈ, ਆ ਰਹੀ ਹੈ, ਤਿਆਰੀ ਕਰ ਰਹੇ, ਉਹਨਾਂ ਲਈ ਕੀ ਤੁਹਾਡਾ ਕੋਈ ਐਡਵਾਈਸ ਹੈ, ਕਿਹੋ ਜਿਹੀ ਟੈਕਨੀਕ ਹੈ, ਕੋਈ ਤਰੀਕੇ ਨਾਲ ਉਹ ਤਿਆਰੀ ਕਰ ਸਕਦੇ, ਜਾਂ ਤਿਆਰੀ ਕਰਨ ਦੀ ਲੋੜ ਵੀ ਹੈ ਕਿ ਨਹੀਂ? ਨਹੀਂ ਸਰ, ਤਿਆਰੀ ਕਰਨ ਦੀ ਲੋੜ ਜ਼ਰੂਰ ਹੈ, ਬਹੁਤ ਜ਼ਿਆਦਾ ਹੈ, ਕਿਉਂਕਿ ਇਹ ਇੰਟਰਵਿਊ ਆ, ਕਿਉਂਕਿ 3.5 ਸਾਲਾਂ ਤੋਂ ਤੁਹਾਡੇ ਸਾਹਮਣੇ ਆ, ਮੈਂ ਵੇਟ ਕਰ ਰਿਹਾ, 4 ਰਿਫਿਊਜ਼ਨ ਹੋਈਆਂ ਮੇਰੇ ਕੋਲ, ਜੇ ਮੈਂ ਸੋਚਿਆ ਜਾਵੇ ਤਾਂ ਮੇਰੇ ਕੋਲ ਅਖੀਰਲਾ ਮੌਕਾ ਹੀ ਸੀਗਾ। ਮੈਂ ਤਾਂ ਚਾਹੁੰਗਾ ਵੀ ਜਿਹੜਾ ਵੀ ਆਪਾਂ ਨੂੰ ਇੰਟਰਵਿਊ ਦਾ ਮੌਕਾ ਮਿਲਦਾ ਨਾ, ਇਹ ਗਵਾਉਣਾ ਨਹੀਂ ਚਾਹੀਦਾ, ਉਦੋਂ ਆਪਾਂ ਨੂੰ ਕੋਈ ਵੇਖਣਾ ਨਹੀਂ ਚਾਹੀਦਾ ਵੀ ਪੈਸੇ ਪੂਸੇ ਵੱਲ ਜਾਂ ਕੁਛ ਵੀ, ਇਹ ਮੌਕਾ ਸੰਭਾਲ ਲੈਣਾ ਚਾਹੀਦਾ ਬਸ, ਤੇ ਪੂਰੀ ਤਿਆਰੀ, ਕਿਉਂਕਿ ਆਫਿਸਰ ਕਿਤੋਂ ਵੀ ਕੁਐਸਚਨ ਪੁੱਛ ਸਕਦਾ, ਜਿੱਥੋਂ ਤੁਸੀਂ ਸੋਚ ਵੀ ਨਹੀਂ ਸਕਦੇ ਉੱਥੋਂ ਪੁੱਛ ਸਕਦਾ। ਬਾਕੀ ਮੈਨੂੰ ਜ਼ਿਆਦਾ ਬੈਨੀਫਿਟ ਇਸ ਦਾ ਵੀ ਬਹੁਤ ਹੋ ਗਿਆ ਮੈਨੂੰ ਵੀ, ਜਿਹੜੇ ਮੇਰੇ ਵਾਈਫ ਨਾਲ ਸੀਗੇ। ਤੇ ਬਾਕੀ ਤਿਆਰੀ ਤਾਂ ਤੁਹਾਨੂੰ ਦੱਸਿਆ ਵੀ ਇੰਨੀ ਹੀ ਮੇਰੀ, ਭਾਵੇਂ ਮੈਥੋਂ ਸਾਰੀ ਦਿਹਾੜੀ ਕੁਐਸਚਨ ਪੁੱਛਿਆ, ਇੱਥੋਂ ਤੱਕ ਮੇਰੀ ਜਿਹੜੀ ਆਵਾਜ਼ ਸੀ ਨਾ, ਜਦ ਪਹਿਲੇ ਦਿਨ ਸਰ ਨੇ ਮੇਰੇ ਨਾਲ ਗੱਲ ਕੀਤੀ ਤੇ ਮੇਰੀ ਆਵਾਜ਼ ਹੀ ਨਾ ਨਿਕਲੇ, ਤੇ ਕਿਉਂਕਿ ਸਾਹਮਣੇ ਕਦੇ ਗੱਲਬਾਤ ਘੱਟ ਹੀ ਹੁੰਦੀ, ਤੇ ਫਿਰ ਤਿਆਰੀ ਇੰਨੀ ਹੋ ਗਈ ਕਿ ਜਦੋਂ ਮੈਂ ਇੰਟਰਵਿਊ ਦਿੰਦਾ ਪਿਆ ਸੀ ਨਾ, ਬਾਹਰ ਮੇਰੇ ਵਾਈਫ ਬੈਠੇ ਸੀਗੇ, ਇੰਟਰਪ੍ਰੇਟਰ ਵੀ ਬਾਹਰ ਹੀ ਬੈਠੇ ਰਹੇ ਉਹਨਾਂ ਚਿਰ, ਤੂੰ ਕਹਿੰਦੇ ਤੁਹਾਡੀ ਆਵਾਜ਼ ਤਾਂ ਸਾਡੇ ਤੱਕ ਆਉਂਦੀ ਸੀ ਬਾਹਰ, ਜੋ ਜੋ ਵੀ ਆਂਸਰ ਦਿੱਤੇ ਮੇਰੀ ਵਾਈਫ ਕਹਿੰਦੇ ਮੈਨੂੰ ਸਾਰੇ ਸੁਣੇ ਤੇ ਬਾਹਰ ਬੈਠੇ ਨੇ, ਤੇ ਮੈਂ ਕਹਿੰਦਾ ਇੰਨੀ ਉੱਚੀ ਬੋਲਦਾ, ਕਹਿੰਦਾ ਸਰ ਤਾਂ ਕਹਿੰਦੇ ਤੂੰ ਬੋਲ ਲੈਣ ਜੀ। ਕੰਫੀਡੈਂਸ ਕੰਫੀਡੈਂਸ ਆ ਗਿਆ। ਇੰਟਰਪ੍ਰੇਟਰ ਇੰਟਰਪ੍ਰੇਟਰ ਨੂੰ ਕਿੰਨੇ ਪੈਸੇ ਦਿੱਤੇ ਤੁਸੀਂ? 3,000 ਸਰ, ਇੰਟਰਪ੍ਰੇਟਰ ਨੂੰ 3,000, ਈਵਨ ਦੋ ਕਿ ਉਹਦੀ ਲੋਡ ਨਹੀਂ ਪਈ ਉਹਨਾਂ ਨੂੰ ਕਹਿ ਕੇ ਵੀ ਤੁਸੀਂ ਬਾਹਰ ਬੈਠੋ? ਹਾਂਜੀ, ਉਹ ਫਿਰ ਆਪਦਾ ਸੇਫਟੀ ਪੁਆਇੰਟ ਲੈ ਕੇ ਚੱਲੀਦਾ ਵੀ, ਵੈਸੇ ਸਰ ਇੰਟਰਪ੍ਰੇਟਰ ਤਾਂ ਵੈਸੇ ਨਾ ਹੀ ਹੋਵੇ ਤਾਂ ਚੰਗੀ ਗੱਲ ਹੈ, ਕਿਉਂਕਿ ਬਾਅਦ ਵਿੱਚ ਆਪਣੀ ਕਮਿਊਨੀਕੇਸ਼ਨ ਜੀ ਨਹੀਂ ਰਲਦੀ ਵੀਜ਼ਾ ਆਫਿਸਰ ਨਾਲ।
ਅੱਛਾ ਇੰਟਰਪ੍ਰੇਟਰ ਤੇ ਜੇ 3000 ਰੁਪਏ ਉਹ ਗਏ ਭਾਵੇਂ ਉਹ ਯੂਜ਼ ਹੈ ਨਹੀਂ ਉਹਨਾਂ ਨੇ ਵਾਪਸ ਨਹੀਂ ਮੋੜੇ ਕੁਝ ਪੈਸੇ ਨਹੀਂ ਨਹੀਂ ਵਾਪਸ ਕਾਦੇ ਮੋੜਨੇ ਸਾਨੂੰ ਇੰਨੀ ਖੁਸ਼ੀ ਹੈ ਵੀ ਚੱਲ ਅੱਗੋਂ ਪੰਜਾਬੀ ਆ ਗਏ ਹਾਂ ਆ ਦੇਖੋ ਮੈਂ ਸੋਚਦਾ ਕਿ ਇੰਟਰਪ੍ਰੇਟਰ ਦਾ ਧੰਦਾ ਕਿੰਨਾ ਵਧੀਆ ਹੈਗਾ ਜੇ ਦਿਹਾੜੀ 'ਚ ਦੋ ਤਿੰਨ ਇੰਟਰਵਿਊ ਕਰ ਲਏ ਤਾਂ ਉਹਦੇ ਤੋਂ ਬਣ ਗਏ ਮੈਂ ਨਾ ਸਰ ਜੇ ਸਾਨੂੰ ਵੇਟ ਕਰਨੀ ਪਈ ਨਾ ਉੱਥੇ ਹਾਂ ਅਤੇ ਬੈਠਿਆਂ ਜਿਹੜੀ ਕੁੜੀ ਦਾ ਪਹਿਲਾਂ ਗੁਜਰਾਤ ਤੋਂ ਵੀ ਜੇ ਆਇਆ ਸੀਗਾ ਹਾਂ ਉਸਨੇ ਸਾਡੇ ਬੈਠਿਆਂ ਤਿੰਨ ਇੰਟਰਵਿਊ ਕਰਤੇ ਹਿਸਾਬ ਲਾ ਲਓ ਘੰਟੇ ਦੇ ਵਿੱਚ ਹਿਸਾਬ ਨਾਲ ਡੇਢ ਘੰਟੇ 'ਚ ਬਣ ਗਿਆ ਸੀਗਾ ਇਹ ਤੇ ਮੈਂ ਕਈ ਜਿਹੜੇ ਪੰਜਾਬ ਦੇ ਲੋਕਾਂ ਨੂੰ ਨਾ ਮੈਂ ਇਹ ਕਹਿ ਚੁੱਕਿਆ ਕਿ ਵੀ ਤੁਹਾਡੇ ਕੋਲ ਅਗਰ ਕੋਈ ਕੰਮ ਨਹੀਂ ਹੈ ਲੋਕੀ ਕਹਿੰਦੇ ਜੀ ਪੰਜਾਬ 'ਚ ਕੰਮ ਨਹੀਂ ਰੁਜ਼ਗਾਰ ਨਹੀਂ ਹੈ ਮੈਂ ਉਹਨਾਂ ਨੂੰ ਕਿਹਾ ਕਿ ਵੀ ਤੁਸੀਂ ਕੰਮ ਨਹੀਂ ਹੈ ਆ ਕੇ ਦਿੱਲੀ ਆ ਕੇ ਇੰਟਰਪ੍ਰੇਟਰ ਹੀ ਬਣ ਜਾਓ ਹਾਂਜੀ ਬਾਕੀ ਸਰ ਉਹਨਾਂ ਦਾ ਦੂਜਾ ਵੀ ਇੰਟਰਪ੍ਰੇਟਰ ਨੂੰ 3000 ਨਹੀਂ ਮਿਲਦਾ ਹੋਏਗਾ ਹਾਂ ਚਲੋ ਅੱਧਾ ਕੰਪਨੀ ਨੂੰ ਦਿੰਦੇ ਹੋਣੇ ਉਹਨਾਂ ਦਾ ਹੋਊਗਾ ਪਰ ਬਥੇਰੇ ਬਣਾ ਲੈਂਦੇ ਸਰ ਹਾਂ ਹਾਂ ਜੇ ਅਗਰ ਕੁਛ ਕੰਪਨੀ ਨੂੰ ਵੀ ਮਿਲ ਗਿਆ ਕੁਛ ਉਹਨੂੰ ਮਿਲ ਗਿਆ ਭਾਵੇਂ 1500 ਮਿਲ ਗਿਆ ਯਾਰ ਤੁਸੀਂ ਹਿਸਾਬ ਲਾ ਲਓ ਸਰ ਮੇਰੇ ਬੈਠਿਆਂ ਉਹਨੇ 3 ਇੰਟਰਵਿਊ ਕੱਢਤੇ ਉੱਥੇ ਹਾਂ 9000 ਰੁਪਈਆ ਤਾਂ ਇੱਕ ਘੰਟੇ 'ਚ ਹਿਸਾਬ ਲਾ ਲਓ ਵੀ ਉਹਨਾਂ ਨੇ ਕਵਰ ਕਰ ਲਿਆ ਹਾਂਜੀ 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 ਚਲੋ ਕੋਈ ਨਹੀਂ ਵਧੀਆ ਉਹਨਾਂ ਦਾ ਕੰਮ ਹੈ ਤੁਹਾਡਾ ਆਪਣਾ ਕੰਮ ਹੈ ਤੁਸੀਂ ਚੱਲਿਓ ਹੁਣ ਕੈਨੇਡਾ ਤੁਹਾਨੂੰ ਬਹੁਤ ਬਹੁਤ ਵਧਾਈਆਂ ਸਾਰੇ ਨੂੰ ਤੁਹਾਨੂੰ ਅਤੇ ਤੁਹਾਡੇ ਵਾਈਫ ਨੂੰ ਤੁਹਾਡੇ ਘਰਦਿਆਂ ਨੂੰ ਸਾਰਿਆਂ ਨੂੰ ਗੁੱਡ ਵਿਸ਼ਿਸ਼ ਮੇਰੀ ਅਤੇ ਵੀਜ਼ਾ ਤੁਹਾਡਾ ਆਇਆ ਤਿਆਰ ਹੈ ਮੇਰੇ ਖਿਆਲ ਇਸੇ ਮਹੀਨੇ ਆ ਜਾਏਗਾ ਵਿਦਿਨ ਆਈ ਥਿੰਕ ਨੈਕਸਟ 7-10 ਦਿਨ 'ਚ ਆ ਜਾਣਾ ਚਾਹੀਦਾ ਹੁਣ ਅਤੇ ਮੇਰੇ ਖਿਆਲ ਅਗਸਤ 15 ਅਗਸਤ ਤੋਂ ਪਹਿਲਾਂ ਹਾਂਜੀ ਹਾਂਜੀ ਸੁਖਮਨ ਭਾਈ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਜੀ ਜੀ ਦੈਟਸ ਗੁੱਡ ਜਾਣੀ ਕਿ ਜਦੋਂ ਵੀ ਅਸੀਂ ਫੋਨ ਕਰਦੇ ਇੱਥੋਂ ਤੱਕ ਇੱਕ ਵਾਰੀ ਉਹ ਮੈਂ ਕਾਲ ਕੀਤੀ ਤੇ ਉਹ ਡਰਾਈਵ ਕਰਦੇ ਪਏ ਸੀਗੇ ਤੇ ਮੈਂ ਕਿਹਾ ਸਰ ਵੀ ਕੋਈ ਨਹੀਂ ਆਪਾਂ ਚੱਲ ਬਾਅਦ 'ਚ ਗੱਲ ਕਰ ਲੈਂਦੇ ਹਾਂ ਕਹਿੰਦੇ ਨਹੀਂ ਤੁਸੀਂ ਕਰੋ ਮੈਂ ਫੋਨ ਸਾਈਡ 'ਤੇ ਰੱਖ ਲੈਂਦਾ ਅਤੇ ਮੈਨੂੰ ਸੁਣਦਾ ਸਾਰਾ ਕੁਛ ਅਤੇ ਡਰਾਈਵ ਕਰਦਿਆਂ ਕਰਦਿਆਂ ਹੀ ਉਹਨਾਂ ਨੇ ਮੇਰਾ ਯਾਨੀ ਕਿ ਇੰਟਰਵਿਊ ਲੈ ਲਿਆ ਸਾਰੇ ਕੁਐਸਚਨ ਪੁੱਛ ਲਏ ਮੈਥੋਂ ਕੌਣ ਕਰਦਾ ਜੀ ਹੁਣ ਜੇ ਮੈਂ ਵੀ ਡਰਾਈਵ ਕਰਦਾ ਹਾਂ ਤਾਂ ਮੈਂ ਨਹੀਂ ਚੱਕਦਾ ਛੇਤੀ ਕੀਤੇ ਦੇਖੋ ਗੱਲ ਪਤਾ ਕੀ ਹੈ ਉਹਨਾਂ ਨੇ ਅਗਰ ਇਸ ਤਰ੍ਹਾਂ ਹੈ ਕਿ ਅਗਰ ਜੇ ਕੇਸ ਪੜਿਆ ਸੀ ਅਗਰ ਕੇਸ ਲਿਆ ਇੰਟਰਵਿਊ ਦਾ ਤੇ ਉਹਨੂੰ ਮਤਲਬ ਪ੍ਰੋਪਰ ਪੂਰੀ ਤਿਆਰੀ ਕੰਪਲੀਟ ਤਿਆਰੀ ਕਰਾਉਣਾ ਸਾਡਾ ਫਰਜ਼ ਹੈ ਤੇ ਸਾਡੇ ਪ੍ਰੋਫੈਸ਼ਨਲ ਡਿਊਟੀ ਵੀ ਹੈ ਕਿ ਵੀ ਅਸੀਂ ਆਪਣੇ ਵੱਲੋਂ ਕੋਈ ਗਲਤੀ ਨਾ ਹੋ ਜਾਏ ਆਪਣੇ ਵੱਲੋਂ ਕੋਈ ਕਸਰ ਨਾ ਰਹਿ ਜਾਏ ਸੋ ਕਿਉਂਕਿ ਜੇਕਰ ਤੁਹਾਡਾ ਇੰਟਰਵਿਊ ਵਿੱਚ ਤੁਸੀਂ ਫੇਲ ਹੋ ਗਏ ਜਾਂ ਕੁਛ ਹੋਰ ਹੋ ਗਿਆ ਕੋਈ ਚੀਜ਼ ਕਸਰ ਰਹਿ ਗਈ ਆਪਾਂ ਸਾਨੂੰ ਲੱਗਾ ਵੀ ਉਸ ਦਿਨ ਅਸੀਂ ਕਰ ਲੈਂਦੇ ਸ਼ਾਇਦ ਉਹ ਚੀਜ਼ ਉਹ ਕੁਐਸਚਨ ਕਵਰ ਅਪ ਹੋ ਜਾਂਦਾ ਸ਼ਾਇਦ ਕਿਉਂਕਿ ਇਹ ਮੌਕਾ ਤਾਂ ਇੰਟਰਵਿਊ ਦਾ ਦੁਬਾਰਾ ਜ਼ਿੰਦਗੀ 'ਚ ਮਿਲਣਾ ਨਹੀਂ ਹੈ ਬਹੁਤ ਹੀ ਮੁਸ਼ਕਿਲ ਹੈ ਮਿਲਣਾ ਇਹ ਹੁੰਦਾ ਮੇਰੀ ਵਾਈਫ ਨੂੰ ਫੋਟੋਆਂ ਖਿੱਚਣ ਦਾ ਬੜਾ ਸ਼ੌਂਕ ਉਹ ਵੀ ਮੈਨੂੰ ਬਚਾ ਗਿਆ ਮੈਨੂੰ ਤਾਂ ਹੈ ਨਹੀਂ ਅੱਛਾ ਉਹਨੂੰ ਸ਼ੌਂਕ ਆ ਤੇ ਉਹ ਇਸ ਕਰਕੇ ਫੋਟੋਆਂ ਹੀ ਸਾਡੀਆਂ ਤਾਂ ਬਹੁਤ ਹੋ ਗਈਆਂ ਸੀ ਉਹ ਕਈ ਵਾਰ ਮੈਨੂੰ ਚੇਤਾ ਆ ਗਿਆ ਕਈ ਵਾਰ ਜਿਹੜੇ ਨਾ ਕਪਲਸ ਹਸਬੈਂਡ ਵਾਈਫ ਮੈਨੂੰ ਕਈ ਵਾਰ ਉਹਨਾਂ ਨੇ ਕਿਹਾ ਇੰਟਰਵਿਊ ਦੇ ਟਾਈਮ ਇੰਟਰਵਿਊ ਦੇ ਜਿਹਨਾਂ ਦੀ ਇੰਟਰਵਿਊ ਆਈ ਹੈ ਕਿ ਵੀ ਉਹ ਭਾਅ ਜੀ ਅਸੀਂ ਤਾਂ ਹਨੀਮੂਨ ਗਏ ਸੀ ਅਸੀਂ ਕੋਈ ਫੋਟੋਆਂ ਥੋੜ੍ਹੀ ਖਿੱਚਣ ਗਏ ਸੀ ਆਪਣੇ ਦੇ ਜਾਂ ਅਸੀਂ ਕੁਛ ਹੋਰ ਕਿਸੇ ਨੂੰ ਮਿਲਣ ਗਏ ਸੀ ਸਾਨੂੰ ਕੀ ਪਤਾ ਸੀ ਕਿ ਵੀ ਫੋਟੋਆਂ ਦੀ ਲੋਡ ਪੈ ਜਾਣੀ ਗਾਹ ਨੂੰ ਜਾ ਕੇ ਸਾਡਾ ਤਾਂ ਫੋਟੋ ਕੋਈ ਸ਼ੌਕ ਹੀ ਨਹੀਂ ਹੈ ਜੀ ਸਾਡੇ ਕੋਲ ਕੈਮਰਾ ਨਹੀਂ ਹੈ ਜੀ ਸਾਡੇ ਕੋਲ ਫੋਨ ਨਹੀਂ ਹੈ ਜੀ ਫੋਨ ਗੁਆਚ ਗਿਆ ਜੀ ਫੋਨ ਖਰਾਬ ਹੋ ਗਿਆ ਡੇਟਾ ਹੋ ਗਿਆ ਫੋਟੋਆਂ 'ਤੇ ਅਸੀਂ ਵਿਸ਼ਵਾਸ ਨਹੀਂ ਕਰਦੇ ਕਈ ਲੋਕਾਂ ਦਾ ਇਹ ਸੋਚਣਾ ਪਰ ਉਹ ਫਾਈਨਲੀ ਵੀਜ਼ਾ ਅਫਸਰ 'ਤੇ ਵਿਸ਼ਵਾਸ ਕਰਦਾ ਹੈ ਨਾ ਬਾਕੀ ਸਰ ਮੈਂ ਜੋ ਕੋਰੀਅਰ ਭੇਜੇ ਸੀਗੇ ਉਹਨਾਂ ਦੀਆਂ ਸਲਿੱਪਾਂ ਲੈ ਗਿਆ ਸੀਗਾ ਜਿਹੜੇ ਮੈਂ ਫੰਡ ਭੇਜੇ ਸੀਗੇ ਉਹ ਵੀ ਲੈ ਕੇ ਗਿਆ ਸੀਗਾ ਤਕਰੀਬਨ ਛੱਡਿਆ ਹੀ ਨਹੀਂ ਸੀ ਮੈਂ ਸੁਖਮਨ ਭਾਈ ਨੇ ਕੁਛ ਛੱਡਿਆ ਹੀ ਨਹੀਂ ਅੱਧਾ ਘੰਟਾ ਸਮਾਨ ਇਕੱਠਾ ਕਰਨ 'ਤੇ ਲੱਗ ਗਿਆ ਇਹ ਜਾਣੀ ਕਿ ਖਾਸ ਡਾਕੂਮੈਂਟ ਹੀ ਕੱਢੇ ਵੀ ਨਹੀਂ ਇਹਦੇ ਵਿੱਚੋਂ ਚਲੋ ਹੁਣ ਸਾਰਾ ਕੁਝ ਮੁਕੰਮਲ ਹੋ ਗਿਆ ਤੁਸੀਂ ਹੁਣ ਇੰਜੋਏ ਕਰੋ ਮਹੀਨਾ ਇੱਕ ਆਧ ਇੰਡੀਆ 'ਚ ਤੁਸੀਂ ਮਜ਼ੇ ਲੈ ਲਓ ਕਿਉਂਕਿ ਇੱਕ ਵਾਰ ਕੈਨੇਡਾ ਗਏ ਫਿਰ ਤਾਂ ਮੁੜ ਕੇ ਆਉਣਾ 5-10 ਸਾਲ ਬਾਅਦ ਪਤਾ ਨਹੀਂ ਹੁਣ ਉਸ ਜਦ ਤੱਕ ਤੁਸੀਂ ਫਿਰ ਵਰਕ ਪਰਮਿਟ ਲੱਗੇਗਾ ਫਿਰ ਅੱਗੇ ਨੌਕਰੀ ਕਰੋਗੇ PR ਲਓਗੇ ਇਹ 4-5 ਸਾਲ ਦਾ ਹੈ ਕਾਫੀ ਸਬਰ ਸੋ ਜੋ ਕੁਛ ਤੁਸੀਂ ਹੁਣ ਪੰਜਾਬ ਦੇ ਆਨੰਦ ਮਾਣ ਸਕਦੇ ਹੋ ਕਰ ਲਓ ਇੰਜੋਏ ਦੇ ਬਾਅਦ ਪੰਜਾਬ ਦੀ ਧਰਤੀ ਦੇ ਤੁਹਾਡੇ ਫਿਰ ਉਹ ਦਰਸ਼ਨ ਮੁਸ਼ਕਿਲ ਹੋ ਜਾਣੇਗਾ ਹਾਂਜੀ ਸਰ ਪੰਜਾਬ ਤਾਂ ਬਹੁਤ ਵਧੀਆ ਜੀ ਪਰ ਸਰਕਾਰਾਂ ਨਹੀਂ ਇੱਥੇ ਚੰਗੀਆਂ ਪੰਜਾਬ ਛੱਡਣ ਨੂੰ ਤਾਂ ਨਹੀਂ ਦਿਲ ਕਰਦਾ ਪਰ ਸਰਕਾਰਾਂ ਚਲੋ ਠੀਕ ਹੈ ਬਾਕੀ ਦਾਣਾ ਪਾਣੀ ਹੈ ਸਰ ਗੁਰਦਿਆਨ ਸਿੰਘ ਦਾਣਾ ਪਾਣੀ ਹੈ
ਜਿਹਨੇ ਜਾਣਾ ਉਹਦੇ ਜਾਣਾ ਹੀ ਪੈਣਾ। ਮਤਲਬ ਤੁਸੀਂ ਦੇਖੋ 3 ਸਾਲ ਹੋ ਗਏ ਨਹੀਂ ਗਏ, ਨਹੀਂ ਜਾ ਸਕੇ, ਕੋਈ ਵਜ੍ਹਾ ਸੀ ਨਾ, ਜਦ ਦਾਣਾ ਪਾਣੀ ਬਣਦਾ ਸੀ ਤਾਂ ਹੀ ਬਹਾਨੇ 'ਚ ਬਣ ਜਾਂਦੇ ਫਿਰ ਕੋਈ ਹੋਰ ਕੁਛ। ਇਹ ਗੱਲ ਹੈ 3.5 ਸਾਲ ਇਹ ਯਾਨੀ ਕਿ ਪਹਿਲੀਆਂ ਰਿਫਿਊਜ਼ਲਾਂ ਤਾਂ ਸਰ ਮੇਰੀਆਂ ਮਹੀਨੇ ਮਹੀਨੇ ਜੀ ਆਈਆਂ ਹਿਸਾਬ ਲਾ ਲਓ। ਹੋਏ ਹੋਏ ਅਗਸਤ 'ਚ ਆਈ, ਦੂਜੀ ਅਗਸਤ 2019 'ਚ ਆਈ, ਦੂਜੀ ਨਵੰਬਰ 2019 'ਚ ਆਈ, ਤੀਜੀ ਦਸੰਬਰ 2019 'ਚ ਆਈ, ਅਤੇ ਜਿਹੜੀ ਚੌਥੀ ਸਾਲ ਬਾਅਦ ਆਈ, ਅਤੇ ਆਹ ਹੁਣ ਜਿਹੜੀ ਪੰਜਵੀਂ ਆ, ਇਹਦਾ ਰਿਜ਼ਲਟ ਵੀ ਹਿਸਾਬ ਲਾ ਲਓ ਅਗਸਤ 'ਚ ਸਾਲ ਹੋ ਜਾਣਾ ਜੀ। ਹਾਂਜੀ ਠੀਕ ਹੈ, ਚਲੋ ਥੈਂਕ ਯੂ ਗੁਰਦਾਨ ਸਿੰਘ, ਤੁਸੀਂ ਸਮਾਂ ਦਿੱਤਾ ਆਪਣਾ। ਆਈ ਨੋ ਯੂ ਆਰ ਬਿਜ਼ੀ, ਤੁਸੀਂ ਸਮਾਨ ਸਮੂਨ ਪੈਕਿੰਗ ਕਰਨੀ, ਫਲਾਨਾ ਕਰਨਾ, ਕਾਗਜ਼ ਕੂਜ਼ ਇਕੱਠੇ ਕਰਨੇ, ਆਪਣਾ ਕੰਮ ਕਰੋ, ਅਤੇ ਫਿਰ ਕਦੇ ਮੇਲ ਹੋਣਗੀ ਸ਼ਾਇਦ ਕੈਨੇਡਾ, ਆਪਾਂ ਕਦੇ ਸ਼ਾਇਦ ਇੱਕ ਆਪਸ 'ਚ ਦਰਸ਼ਨ ਕਰਾਂਗੇ। ਠੀਕ ਹੈ, ਥੈਂਕ ਯੂ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਥੈਂਕ ਯੂ ਤੁਹਾਡਾ ਜੀ ਜੀ ਬਿਲਕੁਲ, ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ।